ਲਓ ਔਰਤਾਂ ਜਿਹੜੀਆਂ ਆ ਉਹ ਗਹਿਣੇ ਪਾ ਕੇ ਸੋਹਣੀਆਂ ਨਹੀਂ ਹੁੰਦੀਆਂ ਹੂੰ ਉਹ ਗਹਿਣੇ ਪਾ ਕੇ ਪ੍ਰਸੰਨ ਹੁੰਦੀਆਂ ਹਾਂਜੀ ਪ੍ਰਸੰਨ ਹੋਣ ਕਰਕੇ ਸੋਹਣੀਆਂ ਲੱਗਦੀਆਂ ਉਹ ਇਹ ਨਹੀਂ ਕਹਿੰਦੀ ਸੀ ਦਾ ਬਲੈਕ ਬੋਰਡ ਉਹ ਕਹਿੰਦੀ ਲੁੱਕ ਐਟ ਦਾ ਬਲੈਕ ਬੋਰਡ ਸੀ ਤੇ ਲੁੱਕ ਦਾ ਫਰਕ ਹੈ ਸੀ ਹੁੰਦਾ ਵੇਖਣਾ ਲੁੱਕ ਹੁੰਦਾ ਧਿਆਨ ਨਾਲ ਵੇਖਣਾ ਜਿਹੜਾ ਬੰਦਾ ਵੇਖ ਨਹੀਂ ਸਕਦਾ ਨੇਤਰਹੀਣ ਵਿਅਕਤੀ ਜਿਹੜਾ ਹੁੰਦਾ ਨਾ ਉਹ ਆਪਣੇ ਕੰਨਾਂ ਨੂੰ ਅੱਖਾਂ ਦੀ ਜਗ੍ਹਾ ਵਰਤਣ ਲੱਗ ਪੈਂਦਾ ਹੈ ਅਕਲ ਤੋਂ ਬਿਨਾ ਗਿਆਨ ਵੀ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਅਕਲ ਤੋਂ ਬਿਨਾ ਕੁਝ ਨਹੀਂ ਕੀਤਾ ਜਾ ਸਕਦਾ ਦੁਨੀਆ ਦੇ ਵਿੱਚ ਤਿੰਨ ਸਬਜੈਕਟ ਹਨ ਜਿਹੜੇ ਮਹੱਤਵਪੂਰਨ ਹਨ ਇੱਕ ਹਿਸਟਰੀ ਹੁੰਦਾ ਇੱਕ ਮੈਥਮੈਟਿਕਸ ਹੁੰਦਾ ਇੱਕ ਫਲਸਫੀ ਹੁੰਦਾ ਜਿਹੜੀ ਤਾਂ ਗਿਆਨ ਵਾਲੀ ਗੱਲ ਹੈ ਨਾ ਉਹ ਤਾਂ ਕੰਪਿਊਟਰ ਵਿੱਚ ਜਾ ਰਹੀ ਹੈ ਆ ਗਿਆਨ ਵਾਲੀ ਗੱਲ ਮਨੁੱਖ ਕੋਲ ਹੀ ਰਹੇਗੀ ਜਿਹੜਾ ਬੰਦਾ ਸਿਆਣਪ ਨਾਲ ਚੱਲੇਗਾ ਗਿਆਨ ਨਾਲ ਚੱਲੇਗਾ ਉਹ ਸੋ ਨਾਲ ਵੀ ਹੋ ਕੇ ਜਾਏਗਾ ਕਿਉਂਕਿ ਉਹ ਤਾਂ ਜੀ ਡਿਸਪਲਨ ਹੋਏਗਾ ਗਿਆਨ ਦੇ ਵਿੱਚ ਡਿਸਪਲਨ ਹੈ ਡਿਸਪਲਿਨ ਦੇ ਨਾਲ ਮਨੁੱਖ ਵਿਕਾਸ ਕਰਦਾ ਹੈ ਤਾਂ ਉਹ ਪੈਸੇ ਦੇਣ ਵੇਲੇ ਆਨਾ ਕਾਨੀ ਕਰਨ ਲੱਗ ਪਈ ਵੀ ਸਾਰਾ ਇੱਕ ਮਹੀਨਾ ਲੱਗਿਆ ਤੁਹਾਨੂੰ 10000 ਡਾਲਰ ਬਹੁਤ ਜ਼ਿਆਦੇ ਹੈਗੇ ਉਹ ਉਸ ਪੇਂਟਰ ਨੇ ਕਿਹਾ ਬੀਬੇ ਮੈਨੂੰ ਇੱਕ ਮਹੀਨਾ ਨਹੀਂ ਲੱਗਿਆ ਮੈਨੂੰ 50 ਸਾਲ ਇੱਕ ਮਹੀਨਾ ਲੱਗਿਆ ਰੇਮੰਡ ਵਾਲੇ ਨੇ ਜਿਹੜੇ ਬੰਦੇ ਰੱਖੇ ਹੋਏ ਨੇ ਨਾ ਰੰਗਣ ਵਾਲੇ ਉਹ ਬੜੇ ਮਾਹਿਰ ਰੱਖੇ ਹੋਏ ਆ ਉਹ ਨੀਲਾ ਰੰਗ ਉਹ ਰੰਗਦੇ ਆ ਜਿਹੜਾ ਲੋਕਾਂ ਨੂੰ ਪਸੰਦ ਆਉਂਦਾ ਨਹੀਂ ਤਾਂ ਦੂਜਾ ਜਿਹੜਾ ਨਾ ਉਹ ਤਾਂ ਨੀਲ ਵਰਗਾ ਨੀਲਾ ਰੰਗ ਹੁੰਦਾ ਹੈਗਾ ਉਹ ਨਹੀਂ ਪਸੰਦਉਂਦਾ ਸਤਿ ਸ਼੍ਰੀ ਅਕਾਲ ਮੇਰਪਿੰਦਰ कौर ਸੰਧੂ ਡਾਕਟਰ ਨਰਿੰਦਰ ਸਿੰਘ ਕਪੂਰ ਹੁਣਾਂ ਨਾਲ ਅਗਲਾ ਐਪੀਸੋਡ ਲੈ ਕੇ ਹਾਜ਼ਰ ਆਂ ਕਈ ਵਾਰੀ ਆਪਾਂ ਕਿਸੇ ਦੀ ਤਰੱਕੀ ਦੀਆਂ ਗੱਲਾਂ ਕਰਦੇ ਹੁੰਨੇ ਆ ਤੇ ਜਦੋਂ ਉਹਨਾਂ ਬਾਰੇ ਗੱਲ ਹੁੰਦੀ ਹੈ ਤਾਂ ਲੋਕੀ ਕਹਿੰਦੇ ਹੁੰਦੇ ਨੇ ਕਿ ਬਹੁਤ ਸਿਆਣੇ ਨੇ ਬੜੀ ਸਿਆਣਪ ਨਾਲ ਇੱਥੋਂ ਤੱਕ ਪਹੁੰਚੇ ਨੇ ਤੇ ਹਮੇਸ਼ਾ ਕਾਮਯਾਬ ਬੰਦੇ ਦੇ ਨਾਲ ਨਾਲ ਉਹਦੀ ਅਕਲ ਸਿਆਣਪ ਤੇ ਗਿਆਨ ਨੂੰ ਗਿਣਿਆ ਜਾਂਦਾ ਹੈ ਅੱਜ ਦਾ ਸਾਡਾ ਵਿਸ਼ਾ ਵੀ ਇਹੀ ਹੈ ਡਾਕਟਰ ਨਰਿੰਦਰ ਸਿੰਘ ਕਪੂਰ ਹੁਣਾ ਦਾ ਖੁੱਦ ਦਾ ਬਹੁਤ ਪਸੰਦੇ ਦਾ ਵਿਸ਼ਾ ਇਹ ਉਹ ਕਹਿੰਦੇ ਨੇ ਕਿ ਅਕਲ ਸਿਆਣਪ ਤੇ ਗਿਆਨ ਨਾਲ ਤੁਸੀਂ ਕੋਈ ਵੀ ਚੀਜ਼ ਆ ਜਿਹੜੀ ਉਹ ਹਾਸਿਲ ਕਰ ਸਕਦੇ ਹੋ ਜ਼ਿੰਦਗੀ ਚ ਕਾਮਯਾਬ ਹੋ ਸਕਦੇ ਹੋ ਪਰ ਤਿੰਨਾ ਦਾ ਰੂਪ ਹੈ ਜਿਹੜਾ ਉਹ ਵੱਖਰਾ ਵੱਖਰਾ ਉਹ ਕਿਵੇਂ ਹੈ ਇਸ ਲਈ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਸਤਿ ਸ਼੍ਰੀ ਅਕਾਲ ਸਰ ਮੈਂ ਕਿੰਨੀ ਵਾਰੀ ਤੁਹਾਨੂੰ ਮਿਲੀਆਂ ਮੇਰੇ ਚ ਕੋਈ ਅਕਲ ਸਿਆਣਪ ਗਿਆਨ ਲੱਗਦਾ ਤੁਹਾਨੂੰ ਤਿੰਨੋ ਹੈਗੇ ਆ ਹਾਂਜੀ ਤੇ ਇਹ ਕਿਵੇਂ ਪਤਾ ਲੱਗਦਾ ਅੱਡੀ ਗੱਲ ਤਾਂ ਇਹ ਕਿ ਜਿਹੜਾ ਵੀ ਕੋਈ ਬੰਦਾ ਹਾਂਜੀ ਕਿਸੇ ਨੂੰ ਚੰਗਾ ਲੱਗਦਾ ਹੂੰ ਉਸ ਤੋਂ ਪਹਿਲਾਂ ਉਹ ਨੂੰ ਉਹ ਆਪ ਚੰਗਾ ਲੱਗ ਰਿਹਾ ਹੁੰਦਾ ਹਾਂਜੀ ਮਤਲਬ ਔਰਤਾਂ ਜਿਹੜੀਆਂ ਉਹ ਗਹਿਣੇ ਪਾ ਕੇ ਸੋਹਣੀਆਂ ਨਹੀਂ ਹੁੰਦੀਆਂ ਹੂੰ ਉਹ ਗਹਿਣੇ ਪਾ ਕੇ ਪ੍ਰਸੰਨ ਹੁੰਦੀਆਂ ਹਾਂਜੀ ਪ੍ਰਸੰਨ ਹੋਣ ਕਰਕੇ ਸੋਹਣੀਆਂ ਲੱਗਦੀਆਂ ਹੂੰ ਸੋ ਗਹਿਣਿਆਂ ਦਾ ਸੋਹਣੇ ਹੋਣ ਨਾਲ ਸੰਬੰਧ ਨਹੀਂ ਹੈ ਗਹਿਣਿਆਂ ਦਾ ਸੰਬੰਧ પ્રસન્ન ਹੋਣ ਨਾਲ ਹੈਗਾ ਤੇ ਇੱਕ ਵਾਰੀ ਮਹਾਤਮਾ ਗਾਂਧੀ ਕਿਸੇ ਪਿੰਡ ਵਿੱਚ ਠਹਿਰੇ ਹਨ ਤੇ ਉੱਥੇ ਅਜੇ ਉਹਨੇ ਪ੍ਰਸਿੱਧ ਨਹੀਂ ਸੀ ਸਵੇਰੇ ਮਾਈ ਨੂੰ ਬੁਲਾਉਣਾ ਸੀਗਾ ਜਿਹੜਾ ਉਹਨਾਂ ਦੇ ਸ਼ੇਵ ਕਰੇ ਹਾਂਜੀ ਤੇ ਨਾਇਕ ਤੇ ਗਿਆ ਹੋਇਆ ਸੀ ਤੇ ਨਾਯਣ ਜਿਹੜੀ ਉਹਦੀ ਵਾਈਫ ਸੀ ਉਹ ਆ ਗਈ ਹਾਂਜੀ ਤੇ ਉਸਨੇ ਬੜੇ ਗਹਿਣੇ ਪਾਏ ਹੋਏ ਸੀ ਗਾਂਧੀ ਜੀ ਨੇ ਪੁੱਛਿਆ ਉਸ ਨੂੰ ਵੀ ਇਹਨੇ ਗਹਿਣੇ ਪਾਉਣੇ ਠੀਕ ਨਹੀਂ ਹੈ ਤੂੰ ਇਹਨੇ ਗਹਿਣੇ ਕਿਉਂ ਪਾਏ ਹੋਏ ਆ ਤੇ ਉਸਨੇ ਦੱਸਿਆ ਕਿ ਇਹ ਗਹਿਣੇ ਮੇਰੇ ਨਹੀਂ ਹੈਗੇ ਮੈਂ ਮੰਗਵੇਂ ਪਾਏ ਹੋਏ ਆ ਅੱਛਾ ਤੇ ਨਾਲ ਉਹਨੇ ਕਿਹਾ ਪਈ ਇਹ ਗਹਿਣੇ ਪਾਉਣ ਤੋਂ ਬਿਨਾ ਮੇਰੇ ਚ ਹੌਸਲਾ ਹੀ ਨਹੀਂ ਸੀ ਕਿ ਮੈਂ ਤੁਹਾਡੇ ਸਾਹਮਣੇ ਆ ਸਕਾਂ ਸੋ ਗਹਿਣੇ ਜਿਹੜੇ ਹੈਗੇ ਉਹ ਔਰਤ ਦੇ ਵਿੱਚ ਹੌਸਲਾ ਪੈਦਾ ਕਰਦੇ ਆ ਸਵੇ ਵਿਸ਼ਵਾਸ ਪੈਦਾ ਕਰਦੇ ਆ ਉਹ ਸਵੇ ਵਿਸ਼ਵਾਸ ਔਰਤ ਨੂੰ ਸੋਹਣਾ ਬਣਾਉਂਦਾ ਹ ਹ ਔਰਤ ਵੇ ਹੋਰਾਂ ਵਰਗੀ ਹੋ ਹੁੰਦੀ ਐ ਮਤਲਬ ਬੰਦਾ ਪਰੰਤੂ ਉਹਦੇ ਵਿੱਚ ਕੁਝ ਗੁਣ ਹੁੰਦੇ ਆ ਜਿਹੜੇ ਉਹਨੇ ਐਕਵਾਇਰ ਕੀਤੇ ਹੁੰਦੇ ਆ ਜਿਨ੍ਹਾਂ ਕਰਕੇ ਉਹ ਸੋਹਣੀ ਲੱਗਦੀ ਐ ਤੇ ਹਾਂ ਤੇ ਅ ਇੱਕ ਮਤਲਬ ਐਸੇ ਤਾਂ ਆਪਾਂ ਕਹਿੰਦੇ ਹੁੰਨੇ ਆ ਕਿ ਹਰੇਕ ਬੰਦੇ ਦੇ ਅੰਦਰ ਜਿੰਨਾ ਗਿਆਨ ਆ ਜਾਂ ਅਕਲ ਆ ਜੋ ਕੁਝ ਉਹਨੂੰ ਜ਼ਿੰਦਗੀ ਚ ਮਿਲਿਆ ਉਹਨੇ ਉਨੀ ਉਸ ਸਿਆਣਪ ਨਾਲ ਵਰਤਿਆ ਤਾਂ ਉਹ ਬੰਦਾ ਹਮੇਸ਼ਾ ਕਾਮਯਾਬ ਹੁੰਦਾ ਹੈ ਨਾ ਪਰ ਹੁਣ ਇੱਕ ਬੰਦੇ ਚ ਅਕਲ ਸਿਆਣਪ ਆਵੇ ਕਿੱਥੋਂ ਕੋਈ ਵੀ ਬੰਦਾ ਜਿਹੜਾ ਉਹ ਕਿਵੇਂ ਸਿਆਣਾ ਹੋ ਸਕਦਾ ਕਿਉਂਕਿ ਆਪਾਂ ਕਹਿੰਦੇ ਹਾਂ ਨਾ ਕਿ ਕੁਦਰਤ ਨੇ ਜਿੰਨੀ ਕਿ ਸਿਆਣਪ ਬਖਸ਼ੀ ਆ ਤੁਸੀਂ ਉਨੀ ਕੀ ਹੀ ਦਿਖਾ ਸਕਦੇ ਹੋ ਕਿ ਆਪਾਂ ਆਪ ਵੀ ਸਿਆਣੇ ਹੋ ਸਕਦੇ ਆ ਇਉਂ ਹੈ ਕਿ ਮੈਂ ਜਿਹੜੇ ਟੌਪਿਕ ਤੇ ਗੱਲ ਕਰ ਰਿਹਾ ਹਾਂ ਉਹ ਹੈ ਅਕਲ ਗਿਆਨ ਅਤੇ ਸਿਆਣਪ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਇੱਕੋ ਹੀ ਸ਼ਬਦ ਵਰਤ ਲਿਆ ਜਾਂਦਾ ਹੈ ਗਿਆਨ ਨੂੰ ਵੀ ਸਿਆਣਪ ਨੂੰ ਵੀ ਅਕਲ ਸ਼ਬਦ ਵਰਤ ਲੈਂਦੇ ਪਰੰਤੂ ਇਹਨਾਂ 'ਚ ਅੰਤਰ ਹੈ ਸਾਨੂੰ ਸ਼ਬਦਾਂ ਦੇ ਵੱਖਰੇ ਵੱਖਰੇ ਅਰਥ ਜਾਣਨ ਦੀ ਆਦਤ ਨਹੀਂ ਹੈ ਜਿਹੜੀ ਅਕਲ ਹੈ ਨਾ ਉਹ ਵੇਖਦੀ ਹੈ ਗਿਆਨ ਜਿਹੜਾ ਹੈ ਉਹ ਬੋਲਦਾ ਹੈ ਸਿਆਣਪ ਜਿਹੜੀ ਆ ਉਹ ਸੁਣਦੀ ਹੈ ਹੂੰ ਇਹਨਾਂ ਤੇ ਇਹਨਾਂ ਦਾ ਵਿਹਾਰ ਵੱਖਰਾ ਹੈ ਗੱਲ ਹਾਂਜੀ ਜਿਹੜੇ ਅਕਲ ਹੈ ਨਾ ਪੰਜ ਗਿਆਨ ਇੰਦਰੇ ਹਨ ਮਨੁੱਖ ਦੇ ਕੋਲ ਅੱਖਾਂ ਹਨ ਕੰਨ ਹਨ ਨੱਕ ਹੈ ਜੀਭ ਹੈ ਚਮੜੀ ਹੈ ਪੰਜ ਗਿਆਨ ਹੂੰ ਇਹਨਾਂ ਪੰਜਾਂ ਦੇ ਰਾਹੀਂ ਜੋ ਕੁਝ ਅਸੀਂ ਅਨੁਭਵ ਪ੍ਰਾਪਤ ਕਰਦੇ ਆ ਉਹ ਅਕਲ ਹੁੰਦੀ ਹੈ ਹੂੰ ਅਕਲ ਇਸਤਰੀਆਂ ਪੁਰਸ਼ਾਂ ਦੇ ਵਿੱਚ ਅਕਲ ਹੁੰਦੀ ਹੈ। ਇਸਤਰੀਆਂ ਵਿੱਚ ਅਕਲ ਵਧੇਰੇ ਹੁੰਦੀ ਹੈ ਪੁਰਸ਼ਾਂ ਨਾਲੋਂ। ਹਮ। ਇਸਤਰੀ ਨੇ ਹਰ ਗੱਲ ਨੂੰ ਕਈ ਵਾਰੀ, ਕਈ ਟੰਗਾਂ ਨਾਲ, ਕਈ ਪਧਰਾਂ ਤੇ ਸੋਚਣਾ ਹੁੰਦਾ ਹੈ। ਮਿਸਾਲ ਦੇ ਤੌਰ ਤੇ ਜੇ ਕਿਤੇ ਜਾਣਾ ਉਹ ਆਪਣੇ ਪਤੀ ਬਾਰੇ ਸੋਚੇਗੀ ਵੀ ਉਹਨੂੰ ਕੀ ਚਾਹੀਦਾ ਹੋਵੇਗਾ ਉੱਥੇ। ਹਮ। ਬੱਚਿਆਂ ਨੂੰ ਕੀ ਚਾਹੀਦਾ ਹੋਵੇਗਾ, ਮੈਨੂੰ ਕੀ ਚਾਹੀਦਾ ਹੋਵੇਗਾ, ਜਿਨ੍ਹਾਂ ਦੇ ਘਰ ਅਸੀਂ ਜਾ ਰਹੇ ਹਾਂ, ਉੱਥੇ ਸਾਨੂੰ ਕਿਸ ਕਿਸਮ ਦੇ ਵਿਹਾਰ, ਕਿਸ ਕਿਸਮ ਦਾ ਪਹਿਰਾਵਾ ਜਿਹੜਾ ਹੈ ਕਰਨਾ ਪਏਗਾ। ਸੋ ਉਸ ਨੂੰ ਕਈ ਪਧਰਾਂ ਤੇ ਸੋਚਣਾ ਪੈਂਦਾ ਹੈ ਉਹਦੇ ਵਿੱਚ ਅਕਲ ਜ਼ਿਆਦਾ ਹੁੰਦੀ ਹੈ ਪੁਰਸ਼ ਦੇ ਵਿੱਚ ਅਕਲ ਨਹੀਂ ਬਹੁਤੀ ਹੁੰਦੀ ਅਕਲ ਔਰਤ ਦੇ ਵਿੱਚ ਜ਼ਿਆਦਾ ਹੁੰਦੀ ਹੈਗੀ ਤੇ ਇਸੇ ਤਰੀਕੇ ਦੇ ਨਾਲ ਅੱਖਾਂ ਹਨ ਅੱਖਾਂ ਜਿਹੜੀਆਂ ਹਨ ਕੇਵਲ ਵੇਖਣ ਦਾ ਕੰਮ ਨਹੀਂ ਕਰਦੀਆਂ ਜਿਸ ਨੂੰ ਅਸੀਂ ਧਿਆਨ ਨਾਲ ਵੇਖਦੇ ਆ ਨਾ ਉਹਨੂੰ ਨਿਹਾਰਦੇ ਆ ਹਰ ਕੋਈ ਬੰਦਾ ਪਿਆਰ ਕਰਨਾ ਚਾਹੁੰਦਾ ਹੈ ਕੀ ਕਾਰਨ ਕੇਵਲ ਪਿਆਰ ਦਾ ਅਨੁਭਵ ਹੈ ਕੋਈ ਹੋਰ ਅਨੁਭਵ ਜ਼ਿੰਦਗੀ ਵਿੱਚ ਨਹੀਂ ਹੈ ਜਿਸ ਦੇ ਵਿੱਚ ਸਾਡੀਆਂ ਪੰਜੇ ਗਿਆਨ ਇੰਦਰੀਆਂ ਜਿਹੜੀਆਂ ਨਾ ਉਹ ਕਾਰਜਸ਼ੀਲ ਹੁੰਦੀਆਂ ਹਨ ਅਸੀਂ ਪਿਆਰ ਉਸੇ ਨੂੰ ਕਰਾਂਗੇ ਜਿਹੜਾ ਸਾਡੀਆਂ ਅੱਖਾਂ ਨੂੰ ਚੰਗਾ ਲੱਗੇਗਾ ਉਸ ਨੂੰ ਅਸੀਂ ਵੇਖਾਂਗੇ ਨਹੀਂ ਉਸ ਨੂੰ ਨਿਹਾਰਾਂਗੇ ਟੀਚਰ ਜਦੋਂ ਸਟੂਡੈਂਟ ਨੂੰ ਕਹਿੰਦੇ ਹੈ ਨਾ ਉਹ ਇਹ ਨਹੀਂ ਕਹਿੰਦੇ ਸੀ ਦਾ ਬਲੈਕਬੋਰਡ ਉਹ ਕਹਿੰਦੇ ਲੁੱਕ ਐਟ ਦਾ ਬਲੈਕਬੋਰਡ ਸੀ ਤੇ ਲੁੱਕ ਦਾ ਫਰਕ ਹੈ ਸੀ ਹੁੰਦਾ ਵੇਖਣਾ ਲੁੱਕ ਹੁੰਦਾ ਧਿਆਨ ਨਾਲ ਵੇਖਣਾ ऐसे ट्रिक ਨਾਲ हियर एंड लिसन ਕੰਨ ਦੇ ਨਾਲ ਉਹ ਜਿਸੀਂ ਸੁਣਦੇ ਆ ਪਰੰਤੂ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ ਜਿਸ ਨਾਲ ਸਾਡਾ ਪਿਆਰ ਹੁੰਦਾ ਉਸ ਨੂੰ ਅਸੀਂ ਸਰਵਣ ਕਰਦੇ ਹਾਂ ਸਰਵਣ ਕਰਦੇ ਹਾਂ ਇਸੇ ਤਰੀਕੇ ਨਾਲ ਅੱਖਾਂ ਦੇ ਨਾਲ ਅਸੀਂ ਕਿਸੇ ਚੀਜ਼ ਦੀ ਦੂਰੀ ਵੇਖਦੇ ਹਾਂ ਉਹਦਾ ਆਕਾਰ ਵੇਖਦੇ ਹਾਂ ਉਹਦਾ ਰੰਗ ਰੂਪ ਵੇਖਦੇ ਹਾਂ ਉਹਦਾ ਰੰਗ ਵੇਖਦੇ ਹਾਂ ਉਦੇ ਲਾਭਕਾਰੀ ਹੋਣ ਜਾਂ ਉਹਦੇ ਨੁਕਸਾਨਦੇ ਹੋਣ ਬਾਰੇ ਸੋਚਦੇ ਹੈਗੇ ਆਂ ਉਹਦਾ ਛੋਟਾ ਵੱਡਾ ਹੋਣਾ ਜਿਹੜਾ ਵੇਖਦੇ ਹੈਗੇ ਆਂ ਅੱਖਾਂ ਸਾਨੂੰ ਕਈ ਕਿਸਮ ਦੀ ਸੂਚਨਾ ਦਿੰਦੀਆਂ ਨੇ ਸੋ ਉਹ ਸੂਚਨਾ ਜਿਹੜੀ ਹੈਗੀ ਆ ਉਸ ਨੂੰ ਅਸੀਂ ਵਰਤਦੇ ਆਂ ਇਸੇ ਤਰੀਕੇ ਨਾਲ ਕੰਨ ਹਨ ਜਿਹੜਾ ਬੰਦਾ ਵੇਖ ਨਹੀਂ ਸਕਦਾ ਨੇਤਰਹੀਣ ਵਿਅਕਤੀ ਜਿਹੜਾ ਹੁੰਦਾ ਨਾ ਉਹ ਆਪਣੇ ਕੰਨਾਂ ਨੂੰ ਅੱਖਾਂ ਦੀ ਜਗ੍ਹਾ ਵਰਤਣ ਲੱਗ ਪੈਂਦਾ ਹੈਗਾ ਮਤਲਬ ਕਿ ਇੱਕ ਨੇਤਰਹੀਣ ਵਿਅਕਤੀ ਜੇਕਰ ਜਗ ਦੇ ਨਾਲ ਪਾਣੀ ਪੀ ਰਿਹਾ ਹੋਵੇ ਗਲਾਸ ਦੇ ਵਿੱਚ ਉਹ ਉਸ ਪਾਣੀ ਦੀ ਆਵਾਜ਼ ਤੋਂ ਜਾਣ ਜਾਏਗਾ ਕਿ ਕਿੰਨਾ ਪਾਣੀ ਪੈ ਚੁੱਕਿਆ ਹੈ ਵੀ ਗਲਾਸ ਪਰ ਗਿਆ ਹੈ ਕਿ ਪੜਨ ਵਾਲਾ ਉਹ ਕਿਸੇ ਬੰਦੇ ਦੀ ਆਵਾਜ਼ ਤੋਂ ਜਾਣ ਜਾਏਗਾ ਕਿ ਇਹਦਾ ਭਾਰ ਕਿੰਨਾ ਹੈ ਇਸ ਦੀ ਉਮਰ ਕਿੰਨੀ ਹੈ ਇਹ ਕਿੰਨਾ ਕਿਸਿਆਣਾ ਹੈ ਮਤਲਬ ਕਿ ਉਹ ਕੰਨਾਂ ਦੇ ਰਾਹੀਂ ਉਹ ਅੱਖਾਂ ਦਾ ਕੰਮ ਲੈਂਦਾ ਹੈਗਾ ਤੇ ਸੋ ਸਰੀਰ ਦੇ ਵਿੱਚ ਕੋਈ ਵੀ ਇੱਕ ਜਿਹੜੀ ਇੰਦਰੀ ਹੁੰਦੀ ਹੈ ਨਾ ਉਹ ਇੱਕ ਹੀ ਕੰਮ ਨਹੀਂ ਕਰਦੀ ਕਈ ਕੰਮ ਕਰਦੀ ਹੈ ਕਈ ਕੰਮ ਕਰਦੀ ਤੁਸੀਂ ਵੇਖੋ ਅਸੀਂ ਕੰਨ ਨਾਲ ਸੁਣਦੇ ਹਾਂ ਵੈਸੇ ਤਾਂ ਸਾਡੀ ਸਾਰੀ ਖੋਪਰੀ ਹੈ ਨਾ ਜਿਹੜੀ ਇਹ ਕੰਨ ਹੈ ਤੁਸੀਂ ਸਿਰ ਦੇ ਵਿੱਚ ਕਾਰ ਲਾ ਕੇ ਨਾ ਥੋੜਾ ਜਿਹਾ ਠੋਕੋ ਆਪਣੇ ਸਿਰ ਨੂੰ ਤੁਸੀਂ ਉਹ ਤੁਹਾਡਾ ਕੰਨ ਸੁਣ ਰਹਿੰਦੇ ਕੋਣ ਤੁਸੀਂ ਉਂਝ ਭਾਵੇਂ ਕੰਨ ਬੰਦ ਕਰਦੇ ਹੋ ਜੇਕਰ ਓ ਠੋਕੋਗੇ ਤਾਂ ਤੁਹਾਨੂੰ ਆਵਾਜ਼ ਆਏਗੀ ਤੁਹਾਡੇ ਕੰਨ ਸੁਣ ਰਹੇ ਹੋਣਗੇ ਹੂੰ ਹੂੰ ਸੋ ਕੰਨਾਂ ਦਾ ਕੰਮ ਜਿਹੜਾ ਹੈ ਸੁਣਨਾ ਤੇ ਨੱਕ ਹੈ ਜਿਹੜਾ ਨਾ ਵੈਸੇ ਤਾਂ ਸਭ ਤੋਂ ਜ਼ਿਆਦੇ ਕਾਰਜਸ਼ੀਲ ਸਭ ਤੋਂ ਜ਼ਿਆਦੇ ਗੁਣਾ ਵਾਲਾ ਜੇਕਰ ਕੋਈ ਸਾਡੇ ਸਰੀਰ ਦਾ ਅੰਗ ਹੈ ਅੱਖਾਂ ਤੋਂ ਬਾਅਦ ਤਾਂ ਉਹ ਨੱਕ ਹੈ ਕਿਸੇ ਚੀਜ਼ ਦਾ ਸਵਾਦ ਹੈ ਨਾ ਜਿਹੜਾ ਅਸੀਂ ਨੱਕ ਦੇ ਰਾਹੀਂ ਵੇਖਦੇ ਹੈਗੇ ਇਸੇ ਕਰਕੇ ਨੱਕ ਜਿਹੜਾ ਨਾ ਕੁਦਰਤ ਨੇ ਮੂੰਹ ਦੇ ਉੱਪਰ ਲਾਇਆ ਹੈ ਜਦੋਂ ਤੁਸੀਂ ਇਹ ਫੈਸਲਾ ਕਰਨਾ ਹੋਵੇ ਕਿ ਇਹ ਚੀਜ਼ ਖਾਣ ਯੋਗ ਹੈ ਕਿ ਨਹੀਂ ਕੀ ਕਰਦੇ ਹਾਂ ਸੁੰਘਦੇ ਹਾਂ ਬਿਲਕੁਲ ਸੁੰਘ ਕੇ ਤੁਸੀਂ ਦੱਸ ਦਿਨੇ ਵੀ ਇਹ ਨਹੀਂ ਖਰਾਬ ਹੋ ਗਈ ਹੈ ਸੋ ਸਵਾਦ ਜਿਹੜਾ ਨਾ ਸਵਾਦ ਅਸੀਂ ਨੱਕ ਨਾਲ ਜਾਣਦੇ ਹਾਂ ਖਾਂਦੇ ਆਪੇ ਜ਼ਰੂਰ ਮੂੰਹ ਨਾਲ ਹੈਗੇ ਹਾਂ ਜੀਭ ਨਾਲ ਹੈਗੇ ਹਾਂ ਜੀਭ ਦੇ 6 ਬੇਸਿਕ ਟੇਸਟ ਹਨ ਉਹਨਾਂ ਦੇ ਇੱਕ ਦੂਜੇ ਨਾਲ ਰਲਣ ਕਰਕੇ ਨਾ 36 ਬਣ ਜਾਂਦੇ ਹੈਗੇ ਐਸੇ ਕਰਕੇ 36 ਪਦਾਰਥ ਅਸੀਂ ਕਹਿੰਦੇ ਹਾਂ ਉਸ ਨੂੰ 36 ਪਦਾਰਥ ਮਿਲਦੇ ਰਹੇ ਸੋ ਉਹ ਅਸਲ ਚ ਉਹਨਾਂ ਦਾ ਕੰਬੀਨੇਸ਼ਨ ਪਰਮਿਊਟੇਸ਼ਨ ਜਿਹੜਾ ਹੈ ਉਹ ਹੈਗਾ ਇਸੇ ਤਰੀਕੇ ਨਾਲ ਸਾਡੀ ਚਮੜੀ ਹੈਗੀ ਚਮੜੀ ਜਿਹੜੀ ਹੈ ਨਾ ਫੀਲ ਕਰਦੀ ਹੈ ਸਰੀਰ ਕਿੰਨਾ ਵੱਡਾ ਹੈਗਾ ਦੇਖੋ ਜੇਕਰ ਉਸ ਤੇ ਇੱਕ ਵੀ ਕੀੜੀ ਹੋਵੇ ਨਾ ਸਾਨੂੰ ਪਤਾ ਲੱਗ ਜਾਂਦਾ ਹੈਗਾ ਮੈਂ ਉਹ ਕੀੜੀ ਜਿਹੜੀ ਹੈਗੀ ਇੱਕ ਵੀ ਵਾਲ ਜਿਹੜਾ ਹੈ ਨਾ ਉਸ ਦਾ ਪਤਾ ਲੱਗ ਜਾਂਦਾ ਹੈਗਾ ਸੋ ਮਨੁੱਖ ਆਪਣੇ ਪੰਜ ਗਿਆਨ ਇੰਦਰੀਆਂ ਦੇ ਰਾਹੀਂ ਸੰਸਾਰ ਨੂੰ ਜਿਵੇਂ ਵੇਖਦਾ ਪਰਖਦਾ ਸਮਝਦਾ ਸੋਚਦਾ ਵਰਤਦਾ ਉਹ ਅਕਲ ਕਹਿੰਦੀ ਹੈ ਸੋ ਅਕਲ ਜਿਹੜੀ ਹੈ ਨਾ ਉਹ ਬੇਸਿਕ ਹੈ ਕਈ ਵਿਦਵਾਨ ਹੁੰਦੇ ਹੈਗੇ ਆ ਉਹਨਾਂ ਦੀਆਂ ਪਤਨੀਆਂ ਅਨਪੜ੍ਹ ਹੁੰਦੀਆਂ ਪਰੰਤੂ ਉਹਨਾਂ ਨੇ ਵਿਦਵਾਨ ਦੀ ਸਮੁੱਚੀ ਜ਼ਿੰਦਗੀ ਉੱਤੇ ਪ੍ਰਭਾਵ ਪਾਇਆ ਹੁੰਦਾ ਉਸ ਨੂੰ ਪ੍ਰਭਾਵਿਤ ਕੀਤਾ ਹੁੰਦਾ ਬਹੁਤ ਸਾਰੇ ਜਿਹੜੇ ਹਨ ਉਹ ਉਸ ਦੇ ਪ੍ਰਭਾਵਿਤ ਹੁੰਦੇ ਹਨ ਇੱਕ ॠषि ਸੀ ਉਹ ਇੱਕ ਗ੍ਰੰਥ ਲਿਖ ਰਿਹਾ ਸੀ ਗ੍ਰੰਥ ਲਿਖ ਰਿਹਾ ਸੀ ਤੇ ਉਹ ਉਹਦਾ ਜਦੋਂ ਵਿਆਹ ਹੋਇਆ ਸੀ ਉਦੋਂ ਤਾਰਿਆਂ ਨੂੰ ਵੇਖ ਰਿਹਾ ਸੀ ਤੇ ਉਹਨੇ ਵੇਖਿਆ ਜਦੋਂ ਗ੍ਰੰਥ ਕੰਪਲੀਟ ਹੋ ਗਿਆ ਨਾ ਤੇ ਉਸਨੇ ਵੇਖਿਆ ਕੋਈ ਹੱਥ ਆਏ ਆ ਦੋ ਅੰਦਰ ਤੇ ਉਹਨਾਂ ਨੇ ਦੀਵਾ ਬਾਲਿਆ ਔਰ ॠषि ਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਕੋਈ ਹੈ ਇੱਥੇ ਹੋਰ ਉਸਨੇ ਵੇਖਿਆ ਕੋਈ ਔਰਤ ਸੀ ਤੇ ਉਸਨੂੰ ਪੁੱਛਿਆ ਵੀ ਤੂੰ ਕੌਣ ਹੈ ਉਹ ਕਹਿੰਦੇ ਮੈਂ ਤੁਹਾਡੀ ਪਤਨੀ ਆ ਤੇ ਤੁਸੀਂ ਕਿਉਂਕਿ ਗ੍ਰੰਥ ਲਿਖ ਰਹੇ ਸੀ ਤੁਹਾਡਾ ਧਿਆਨ ਤਾਰਿਆਂ ਵੱਲ ਸੀ ਇਸ ਕਰਕੇ ਮੈਂ ਤੁਹਾਨੂੰ ਡਿਸਟਰਬ ਨਹੀਂ ਕੀਤਾ ਮੈਂ ਸਾਰਾ ਕੁਝ ਜਿਹੜਾ ਸੀ ਨੇਮ ਨਾਲ ਕਰਦੀ ਰਹੀ ਕਿਉਂਕਿ ਤੁਸੀਂ ਮੇਰੇ ਪਤੀ ਹੋ ਕੇ ਤੇ ਉਸ ਰਿਸ਼ੀ ਨੇ ਉਸਨੂੰ ਪੁੱਛਿਆ ਭਈ ਤੇਰੀ ਕੋਈ ਇੱਛਾ ਹੈ ਕਹਿੰਦੇ ਜੇ ਸਾਡੇ ਬੱਚੇ ਹੁੰਦੇ ਤਾਂ ਮੇਰੀ ਇੱਛਾ ਹੈ ਕਿ ਸਾਡੇ ਬੱਚੇ ਹੋਣ ਉਸਨੇ ਕਿਹਾ ਕਿ ਬੱਚੇ ਤਾਂ ਨਹੀਂ ਹੁਣ ਹੋ ਸਕਦੇ ਔਰ ਈਸ਼ੀਲੀ ਉਮਰ ਬਤੀ ਸੀ ਤੇ ਕੋਈ ਹੋਰ ਇੱਛਾ ਹੈ ਕਹਿੰਦੇ ਮੈਂ ਚਾਹੁੰਦੇ ਸੀ ਜੇ ਬੱਚੇ ਹੋਣ ਤਾਂ ਦੁਨੀਆ ਦੇ ਵਿੱਚ ਸਾਡਾ ਨਾਂ ਰਹਿ ਜਾਵੇ ਉਹ ਕਹਿੰਦੇ ਜਿਹੜਾ ਨਾਂ ਰਹਿਣ ਦੀ ਗੱਲ ਹੈ ਉਹ ਮੈਂ ਪੂਰੀ ਕਰ ਸਕਦਾ ਹੈ ਉਸਨੇ ਉਹਨੂੰ ਪੁੱਛਿਆ ਤੇਰਾ ਨਾਂ ਕੀ ਹੈ ਉਸਨੇ ਕਿਹਾ ਮੇਰਾ ਨਾਂ ਪਾਮਤੀ ਹੈ ਉਸ ਰਿਸ਼ੀ ਨੇ ਆਪਣੇ ਗ੍ਰੰਥ ਦਾ ਨਾਂ ਜਿਹੜਾ ਸੀ ਉਹ ਪਾਮਤੀ ਰੱਖਿਆ ਪਾਮਤੀ ਗ੍ਰੰਥ ਜਿਹੜਾ ਹੈ ਉਹ ਉਪਨਿਸ਼ਦਾਂ ਦਾ ਇੱਕ ਬੜਾ ਵੱਡਾ ਗ੍ਰੰਥ ਹੈ ਜਿਸ ਦੀ ਬੜੀ ਮਾਨਤਾ ਹੈ ਜਿਸ ਦਾ ਬੜਾ ਸਤਿਕਾਰ ਹੈ ਹੂੰ ਸੋ ਸਾਨੂੰ ਕੋਈ ਬੰਦਾ ਜਿਹੜਾ ਪ੍ਰਭਾਵਿਤ ਕਰਦਾ ਹੈ ਨਾ ਉਹ ਆਪਣੀ ਅਕਲ ਨਾਲ ਕਰਦਾ ਹੈ ਹੂੰ ਅਕਲ ਤੋਂ ਬਿਨਾ ਗਿਆਨ ਵੀ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਅਕਲ ਤੋਂ ਬਿਨਾ ਕੁਝ ਨਹੀਂ ਕੀਤਾ ਜਾ ਸਕਦਾ ਅਕਲ ਜਿਹੜੀ ਹੈ ਨਾ ਉਹ ਮੁੱਢਲੀ ਲੋੜ ਹੈ ਜਿਵੇਂ ਪਾਣੀ ਜਿਹੜਾ ਨਾ ਉਹ ਮਨੁੱਖ ਦੀ ਮੁੱਢਲੀ ਲੋੜ ਹੈ ਪਾਣੀ ਦੀ ਹਜ਼ਾਰਾਂ ਟੰਗਾਂ ਨਾਲ ਵਰਤੋਂ ਹੁੰਦੀ ਹੈ ਸੋ ਐਸੇ ਤੇ ਕਨਾਲ ਅਕਲ ਵੀ ਜਿਹੜੀ ਹੈ ਉਸ ਨੂੰ ਅਸੀਂ ਵੱਖ-ਵੱਖ ਟਾਂਗਾ ਦੇ ਨਾਲ ਵਰਤਦੇ ਹਾਂ ਕਈ ਜਗ੍ਹਾ ਤੇ ਅਕਲ ਹੀ ਚਾਹੀਦੀ ਹੁੰਦੀ ਹੈ ਕਈ ਜਗ੍ਹਾ ਤੇ ਅਕਲ ਦੇ ਨਾਲ ਜਿਹੜਾ ਨਾ ਬੰਦਾ ਜਿਹੜਾ ਹੈ ਉਹ ਬਹੁਤ ਸਾਰੀਆਂ ਸਿਚੁਏਸ਼ਨਸ ਦੇ ਵਿੱਚ ਪਾਰ ਹੋ ਜਾਂਦਾ ਹੈ ਜੇਕਰ ਉਹਨੂੰ ਬੋਲਣ ਦੀ ਅਕਲ ਹੋਵੇ ਤਾਂ ਉਸ ਨੂੰ ਖਾਣਾ ਮਿਲ ਜਾਏਗਾ ਉਸ ਨੂੰ ਰਹਿਣ ਤੇ ਥਾਂ ਵੀ ਮਿਲ ਜਾਏਗੀ ਅਕਲ ਜਿਹੜੀ ਹੈ ਉਹ ਬੁਨਿਆਦੀ ਲੋੜ ਹੈਗੀ ਇਸ ਤੋਂ ਬਾਅਦ ਜਿਹੜੀ ਗੱਲ ਹੈਗੀ ਆ ਉਹ ਹੈ ਗਿਆਨ ਗਿਆਨ ਜਿਹੜਾ ਹੈ ਨਾ ਉਹ ਸਾਨੂੰ ਪੁਸਤਕਾਂ ਅਤੇ ਅਧਿਆਪਕਾਂ ਤੋਂ ਮਿਲਦਾ ਹੈ ਕਿਸੇ ਭਾਸ਼ਾ ਨੂੰ ਸਿੱਖਣ ਦੇ ਚਾਰ ਟਾਂਗਾਂ ਹਨ ਉਸ ਨੂੰ ਸਮਝ ਸਕਣਾ ਉਸ ਨੂੰ ਬੋਲ ਸਕਣਾ ਉਸ ਨੂੰ ਪੜ ਸਕਣਾ ਅਤੇ ਉਸ ਨੂੰ ਲਿਖ ਸਕਣਾ ਜਿਹੜੇ ਅਨਪੜ੍ਹੇ ਹੁੰਦੇ ਹਨ ਨਾ ਜਾਂ ਬੱਚਾ ਜਿਹੜਾ ਹੁੰਦਾ ਉਹਨੂੰ ਪਹਿਲੇ ਦੋ ਆਉਂਦੇ ਹੁੰਦੇ ਆ ਉਹ ਨੂੰ ਸਮਝ ਵੀ ਹੁੰਦੀ ਹੈ ਮਾਂ ਦੇ ਕਹੇ ਬੋਲੇ ਸ਼ਬਦਾਂ ਦੀ ਸਮਝ ਹੁੰਦੀ ਹੈ ਤੇ ਬੋਲ ਵੀ ਸਕਦਾ ਉਹ ਜੋ ਕੁਝ ਸੁਣਦਾ ਉਸ ਨੂੰ ਬੋਲਦਾ ਜੇਕਰ ਕੋਈ ਸੁਣ ਨਹੀਂ ਸਕਦਾ ਤਾਂ ਉਹ ਬੋਲੇਗਾ ਵੀ ਨਹੀਂ ਇਸੇ ਤਿਕਨ ਜਿਹੜੇ ਬੋਲੇ ਹੁੰਦੇ ਆ ਜਾਂ ਜਿਹੜੇ ਡੋਰੇ ਹੁੰਦੇ ਆ ਜਾਂ ਡੈਫ ਹੁੰਦੇ ਆ ਉਹ ਬੋਲ ਵੀ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸੁਣਿਆ ਕੁਝ ਨਹੀਂ ਸੁਣੇ ਨੂੰ ਰਿਪੀਟ ਕਰਨ ਨੂੰ ਅਸੀਂ ਭਾਸ਼ਾ ਸਿੱਖਣਾ ਕਹਿੰਦੇ ਇਹ ਦੋ ਤਾਂ ਹਰ ਕਿਸੇ ਕੋਲ ਹੁੰਦੀਆਂ ਜਿਹੜੀਆਂ ਬਾਕੀ ਦੋ ਹੈਗੀਆਂ ਪੜ ਸਕਣਾ ਤੇ ਲਿਖ ਸਕਣਾ ਇਸ ਵਾਸਤੇ ਅਸੀਂ ਸਕੂਲ ਕਾਲਜ ਜਾਂਦੇ ਹੈਗੇ ਸਕੂਲ ਦੇ ਵਿੱਚ ਅਸੀਂ ਪੜਨਾ ਅਤੇ ਲਿਖਣਾ ਸਿੱਖ ਹਾਂ ਜਦੋਂ ਮਨੁੱਖ ਜਿਹੜਾ ਨਾ ਪੜਨਾ ਤੇ ਲਿਖਣਾ ਨਾ ਜਾਣਦਾ ਹੋਵੇ ਉਹਨੇ ਕਿਸੇ ਨੂੰ ਸੁਨੇਹਾ ਦੇਣਾ ਆਪ ਜਾਏਗਾ ਉੱਥੇ ਜਾਣਾ ਪਏਗਾ ਜੇ ਉਹ ਲਿਖ ਸਕਦਾ ਤੇ ਪੜ ਸਕਦਾ ਫਿਰ ਉਹ ਚਿੱਠੀ ਲਿਖ ਦੇਗਾ ਮਤਲਬ ਚਿੱਠੀ ਦੇ ਰਾਹੀਂ ਬੰਦਾ ਆਪਣਾ ਸੁਨੇਹਾ ਬੰਬਈ ਭੇਜ ਸਕਦਾ ਸੁਨੇਹਾ ਦੇ ਕਿਸੇ ਹਿੱਸੇ ਵਿੱਚ ਭੇਜ ਸਕਦਾ ਉਹਦੇ ਸਮਰਥਾ ਦੁੱਗਣੀ ਹੋ ਜਾਂਦੀ ਹੈ ਉਹ ਉਹਦੇ ਕੋਲ ਅਕਲ ਵੀ ਹੁੰਦੀ ਹੈ ਤੇ ਉਹਦੇ ਕੋਲ ਗਿਆਨ ਵੀ ਹੁੰਦਾ ਹੈ ਗਿਆਨ ਸਾਨੂੰ ਫਾਰਮੂਲਿਆਂ ਚੋਂ ਮਿਲਦਾ ਹੈ ਫਾਰਮੂਲੇ ਜਿਹੜੇ ਫਾਰਮੂਲੇ ਦਾ ਮਤਲਬ ਹੈ ਦਿਮਾਗ ਹੈ ਨਾ ਜਿਸ ਦੇ ਵਿੱਚ ਦਿਮਾਗ ਦੀ ਵਰਤੋਂ ਹੋਏਗੀ ਉਹ ਗਿਆਨ ਹੁੰਦਾ ਹੈ ਜਿਸ ਦੇ ਵਿੱਚ ਪੰਜ ਗਿਆਨ ਇੰਦਰੀਆਂ ਦੇ ਵਰਤੋਂ ਹੋਏਗੀ ਉਹ ਅਕਲ ਹੁੰਦੀ ਹੈ ਗਿਆਨ ਜਿਹੜਾ ਹੈ ਉਸ ਦੇ ਵਿੱਚ ਦਿਮਾਗ ਵਰਤਿਆ ਜਾਂਦਾ ਹੈ ਦਿਮਾਗ ਦਾ ਕੰਮ ਜਿਹੜਾ ਨਾ ਕੈਲਕੂਲੇਟ ਕਰਨਾ ਹੈ ਅੰਕਣੇ ਕੈਲਕੂਲੇਟਰ ਜਿਹੜਾ ਨਾ ਉਹ ਦਿਮਾਗ ਦਾ ਬਦਲ ਹੈ ਜੋ ਕੋਈ ਦਿਮਾਗ ਸੋਚ ਸਕਦਾ ਉਹ ਕੈਲਕੂਲੇਟਰ ਵੀ ਸੋਚ ਸਕਦਾ ਹੈ ਕੰਪਿਊਟਰ ਵੀ ਸੋਚ ਸਕਦਾ ਹੈ ਕੰਪਿਊਟਰ ਨੇ ਹੁਣ ਬਹੁਤ ਸਾਰੇ ਕੰਮ ਜਿਹੜੇ ਨਾ ਮਨੁੱਖ ਦੇ ਸੰਭਾਲ ਲਏ ਹੈਗੇ ਕਿਉਂਕਿ ਦਿਮਾਗ ਦੇ ਜਿਹੜੇ ਵਰਤੋਂ ਦਿਮਾਗ ਦੇ ਕਾਰਜ ਦਾ ਟੰਗ ਜਿਹੜਾ ਨਾ ਉਹ ਕੰਪਿਊਟਰ ਦੇ ਵਿੱਚ ਚਲਾ ਗਿਆ ਹੈਗਾ ਬਿਲਕੁਲ ਸੋ ਗਿਆਨ ਦੇ ਰਾਹੀਂ ਸਾਨੂੰ ਨਵੀਆਂ ਚੀਜ਼ਾਂ ਜਿਹੜੀਆਂ ਨਾ ਉਹ ਪਤਾ ਲੱਗਦੀਆਂ ਹੈਗੀਆਂ ਉਹਦੇ ਚ ਫਾਰਮੂਲੇ ਹੁੰਦੇ ਹੈਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਹੁਣ ਮੱਝ ਡਿੱਗ ਪਈ ਉਹਨੂੰ ਫਾਰਮੂਲਾ ਪਤਾ ਸੀਗਾ ਕਿ ਪਾਣੀ ਜਿਹੜਾ ਪਾਣੀ ਆਪਣੀ ਸਤਾ ਬਣਾ ਕੇ ਰੱਖਦਾ ਹੈਗਾ ਗਿਆਨ ਜਿਹੜਾ ਨਾ ਉਹ ਸਾਇੰਸ ਦਾ ਆਧਾਰ ਹੈ ਸਾਇੰਸ ਦਾ ਆਧਾਰ ਬੇਸਿਕਲੀ ਮੈਥਮੈਟਿਕਸ ਜਿਸ ਨੂੰ ਮੈਥਮੈਟਿਕਸ ਨਹੀਂ ਆਉਂਦਾ ਉਸ ਨੂੰ ਸਾਇੰਸ ਦੀ ਬਹੁਤੀ ਸਮਝ ਨਹੀਂ ਹੋਏਗੀ ਮੋਟਲੀ ਸਮਝ ਹੋ ਸਕਦੀ ਹੈ ਪਰੰਤੂ ਬੇਸ਼ੱਕ ਸਮਝ ਜੜੀ ਹੈ ਉਹ ਮੈਥਮੈਟਿਕਸ ਦੀ ਦੁਨੀਆ ਦੇ ਵਿੱਚ ਤਿੰਨ ਸਬਜੈਕਟ ਹਨ ਜਿਹੜੇ ਮਹੱਤਵਪੂਰਨ ਹਨ ਇੱਕ ਹਿਸਟਰੀ ਹੁੰਦਾ ਇੱਕ ਮੈਥਮੈਟਿਕਸ ਹੁੰਦਾ ਇੱਕ ਫਲਸਫੀ ਹੁੰਦਾ ਹਿਸਟਰੀ ਜਿਹੜੀ ਹੈ ਨਾ ਹਰ ਚੀਜ਼ ਦਾ ਇਤਿਹਾਸ ਹੈ ਦੁਨੀਆ ਦੇ ਵਿੱਚ ਇਸ ਸੰਸਾਰ ਦਾ ਵੀ ਇਤਿਹਾਸ ਹੈ ਹਰ ਵਿਅਕਤੀ ਦਾ ਇਤਿਹਾਸ ਹੈ ਹਰ ਮਕਾਨ ਦਾ ਇਤਿਹਾਸ ਹੈ ਹਰ ਬਿਲਡਿੰਗ ਦਾ ਇਤਿਹਾਸ ਹੈ ਇਤਿਹਾਸ ਜੇਕਰ ਤੁਹਾਨੂੰ ਕੋਈ ਜੇ ਸਮਝ ਨਹੀਂ ਆ ਰਹੀ ਤੁਸੀਂ ਉਸ ਚੀਜ਼ ਦਾ ਇਤਿਹਾਸ ਪੜੋ ਜੇਕਰ ਤੁਹਾਨੂੰ ਕੋਈ ਵਿਸ਼ਾ ਨਹੀਂ ਸਮਝ ਆ ਰਿਹਾ ਉਸ ਵਿਸ਼ੇ ਦਾ ਇਤਿਹਾਸ ਪੜੋ ਉਸ ਇਤਿਹਾਸ ਦੇ ਨਾਲ ਤੁਸੀਂ ਉਸ ਪੜਾਅ ਤੇ ਪਹੁੰਚ ਜਾਓਗੇ ਜਿੱਥੇ ਤੁਹਾਨੂੰ ਸਮਝ ਆਉਣ ਲੱਗ ਪਏਗੀ ਦੂਜੀ ਫਿਲਾਸਫੀ ਹੈ ਫਿਲਾਸਫੀ ਦੇ ਜਿਹੜੇ ਲੌਜੀਕਲ ਥਿੰਕਿੰਗ ਨੂੰ ਫਿਲਾਸਫੀ ਕਹਿੰਦੇ ਹਨ ਜਿਨੇ ਵਿੱਚ ਗਿਆਨ ਦੀਆਂ ਬ੍ਰਾਂਚੇਸ ਹਨ ਸ਼ਾਖਾਵਾਂ ਇਹ ਫਿਲਾਸਫੀ ਵਿੱਚੋਂ ਪੈਦਾ ਹੋਈਆਂ ਹਨ ਫਿਲਾਸਫੀ ਦੇ ਵਿੱਚੋਂ ਸਾਈਕੋਲੋਜੀ ਪੈਦਾ ਹੋਈ ਹੈ ਫਿਲਾਸਫੀ ਦੇ ਵਿੱਚੋਂ ਹਿਸਟਰੀ ਪੈਦਾ ਹੋਈ ਹੈ ਫਿਲਾਸਫੀ ਦੇ ਵਿੱਚੋਂ ਮੈਥਮੈਟਿਕਸ ਪੈਦਾ ਹੋਇਆ ਹੈ ਫਿਲਾਸਫੀ ਦੇ ਵਿੱਚੋਂ ਤਾਰਾ ਵਿਗਿਆਨ ਪੈਦਾ ਹੋਇਆ ਹੈ ਫਿਲਾਸਫੀ ਦੇ ਵਿੱਚੋਂ ਇੰਜੀਨੀਅਰਿੰਗ ਪੈਦਾ ਹੋਈ ਹੈ ਸਾਰੀਆਂ ਜਿਹੜੀਆਂ ਵੀ ਗਿਆਨ ਵਿਗਿਆਨ ਦੇ ਵਿਸ਼ੇ ਹਨ ਇਹ ਫਿਲਾਸਫੀ ਵਿੱਚੋਂ ਪੈਦਾ ਹੋਏ ਨੇ ਮੈਥਮੈਟਿਕਸ ਜਿਹੜਾ ਹੈ ਨਾ ਉਹ ਕੈਲਕੂਲੇਸ਼ਨਸ ਹੂੰ ਤੁਸੀਂ ਇਮੇਜਿਨ ਕਰੋ ਕਿ ਮਨੁੱਖ ਨੇ ਸਮੁੰਦਰ ਦੇ ਵਿੱਚ ਕਿੰਨਾ ਪਾਣੀ ਹੈ ਮਾਪ ਲਿਆ ਧਰਤੀ ਸੂਰਜ ਤੋਂ ਕਿੰਨੀ ਦੂਰ ਹੈ ਮਾਪ ਲਈਏ ਜਿਹੜੀ ਧਰਤੀ ਹੈ ਜਿਹੜੀ ਸੂਰਜ ਦੇ ਆਲੇ ਦੁਆਲੇ ਵੱਡਾ ਚੱਕਰ ਲਾਉਂਦੀ ਹੈ ਨਾ ਇੱਕ ਤਾਂ ਚੱਕਰ ਆਪਣੇ ਆਲੇ ਦੁਆਲੇ ਲਾਉਂਦੀ ਹੈ ਨਾ ਉਸ ਨਾਲ ਤਾਂ ਦਿਨ ਰਾਤ ਬਣਦੇ ਹਨ ਉਹਦੇ ਵਿੱਚ ਧਰਤੀ ਦੀ ਸਪੀਡ ਜਿਹੜੀ ਹੈ ਤਕਰੀਬਨ 1000 ਮੀਲ ਘੰਟੇ ਦੀ ਹੈ ਤੇ ਜਿਹੜਾ ਸੂਰਜ ਦੇ ਆਲੇ ਦੁਆਲੇ ਚੱਕ ਲਾਉਂਦੇ ਆ 40 ਕਿਲੋਮੀਟਰ 1 ਸੈਕਿੰਡ ਵਿੱਚ ਧਰਤੀ ਜਿਹੜੀ ਹੈ ਦੌੜੇ ਜਾ ਰਹੀ ਹੈ 40 ਕਿਲੋਮੀਟਰ ਇੱਕ ਸਕਿੰਟ ਵਿੱਚ ਹਾਂਜੀ ਮਤਲਬ ਜੇਕਰ ਤੁਸੀਂ ਦੇਖੋ ਵੀ ਪਟਿਆਲੇ ਤੋਂ ਦਿੱਲੀ ਕਿੰਨੀ ਦੂਰ ਹੈ ਜੇਕਰ ਮੈਂ ਇਹ ਕਹਾਂ ਪਟਿਆਲੇ ਤੋਂ ਦਿੱਲੀ ਜਿਹੜੀ ਹੈ 6 ਸਕਿੰਟ ਦੂਰ ਹੈ ਹੂੰ ਕੁਦਰਤ ਦੇ ਹਿਸਾਬ ਨਾਲ ਸੋ ਮਨੁੱਖ ਨੇ ਗਿਆਨ ਨੂੰ ਵਰਤ ਕੇ ਸਾਰਾ ਕੁਝ ਮਾਪ ਲਿਆ ਹੂੰ ਜੋ ਕੁਝ ਮਾਪਿਆ ਜਾ ਸਕਦਾ ਹੈ ਨਾ ਉਹ ਕੰਪਿਊਟਰ ਵਿੱਚ ਚਲਾ ਜਾਏਗਾ ਹੁਣ ਇੱਕ ਨਵੀਂ ਸਮੱਸਿਆ ਪੈਦਾ ਹੋਈ ਹੈ ਸਮੁੰਦਰ ਦੇ ਵਿੱਚ ਜਿਹੜਾ ਪਾਣੀ ਜਾਂਦਾ ਨਾ ਉਹਦੇ ਵਿੱਚ 2% ਨਮਕ ਹੁੰਦਾ ਹੈ ਜਿਹੜਾ ਮੀਂਹ ਦੇ ਰਾਹੀਂ ਪਾਣੀ ਜਾਂਦਾ ਉਸ ਸਮੁੰਦਰ ਦੇ ਵਿੱਚ ਇਕੱਠਾ ਹੁੰਦਾ 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 ਹੁਣ 65% ਪਾਣੀ ਜਿਹੜਾ ਨਾ ਸਮੁੰਦਰ ਦਾ ਉਹ ਨਮਕੀਨ ਹੈ ਨਮਕ ਹੈ ਅੱਛਾ ਜੀ ਨਮਕ ਹੈ ਇਹਹੀ ਹਾਲ ਮਨੁੱਖ ਨਾਲ ਹੋ ਰਹੀ ਹੈ ਜਿਹੜੀ ਤਾਂ ਗਿਆਨ ਵਾਲੀ ਗੱਲ ਹੈ ਨਾ ਉਹ ਤਾਂ ਕੰਪਿਊਟਰ ਵਿੱਚ ਜਾ ਰਹੀ ਹੈ ਗਿਆਨ ਵਾਲੀ ਗੱਲ ਮਨੁੱਖ ਕੋਲ ਹੀ ਰਹੇਗੀ। ਮੂਰਖਤਾ ਮਨੁੱਖ ਕੋਲ ਹੀ ਰਹੇਗੀ। ਮੂਰਖਤਾ ਕੰਪਿਊਟਰ ਵਿੱਚ ਨਹੀਂ ਜਾ ਸਕਦੀ। ਮੂਰਖਤਾ ਕੰਪਿਊਟਰ ਵਿੱਚ ਟ੍ਰਾਂਸਫਰ ਨਹੀਂ ਹੋ ਸਕਦੀ। ਮੂਰਖਤਾ ਮਨੁੱਖ ਕੋਲ ਹੀ ਰਹੇਗੀ। ਇਸ ਕਰਕੇ ਜਿਹੜੀ ਤਾਂ ਲੌਜੀਕਲ ਥਿੰਕਿੰਗ ਹੈ ਨਾ ਤਰਕਸ਼ੀਲ ਸੋਚ ਹੈ ਉਹ ਤਾਂ ਕੰਪਿਊਟਰ ਵਿੱਚ ਚੱਲ ਰਹੀ ਹੈ। ਤਰਕਹੀਣ ਸੋਚ ਮਨੁੱਖ ਦੇ ਕੋਲ ਹੈ। ਇਸੇ ਕਰਕੇ ਕੋਈ ਦੋ ਮਨੁੱਖ ਹੁਣ ਰਲ ਕੇ ਨਹੀਂ ਰਹਿ ਸਕਣਗੇ। ਮਤਲਬ ਉਹ ਨਾਲ ਹੀ ਟਕਰਾਅ ਹੋਏਗਾ ਉਹਨਾਂ ਦੀ ਟਕਰਾਓ ਹੋਏਗਾ ਉਹ ਇੱਕ ਦੂਜੇ ਨੂੰ ਪਰਦਾਸ਼ ਨਹੀਂ ਕਰਨਗੇ ਇੱਕ ਸਿਚੁਏਸ਼ਨ ਜਿਹੜੀ ਹੈ ਇਸਤਰੀ ਪੁਰਸ਼ ਸਬੰਧਾਂ ਦੇ ਵਿੱਚ ਦੋਸਤਾਂ ਦੇ ਵਿੱਚ ਹੁਣ ਮਨੁੱਖ ਜਿਹੜਾ ਨਾ ਦੂਜੇ ਤੋਂ ਬੜੇ ਜਲਦੀ ਅੱਕ ਜਾਂਦਾ ਹੈ ਥੱਕ ਜਾਂਦਾ ਹੈ ਉਹਨੂੰ ਤਿਆਗਣ ਤੇ ਲੱਗ ਜਾਂਦਾ ਹੈਗਾ ਲੜਨ ਦੇ ਮੌਕੇ ਲੱਭਦਾ ਰਹਿੰਦਾ ਮੈਂ ਇੱਕ ਵਾਰ ਇਹ ਰਹਿੰਦਾ ਸੀਗਾ ਸੰਗਰੂਰ ਤੇ ਮੇਰੇ ਨਾਲ ਇੱਕ ਹੋਰ ਬੰਦਾ ਰਹਿੰਦਾ ਸੀ ਇੱਕ ਵਾਰ ਇੱਕ ਦਿਨ ਉਹ ਆਇਆ ਆ ਕੇ ਦੋ ਰੋਟੀਆਂ ਰਾਤ ਦੀਆਂ ਪਈਆਂ ਸੀ ਤੇ ਦੋ ਰੋਟੀਆਂ ਪਕਾਉਣ ਵਾਲੀ ਜਿਹੜੀ ਸੀ ਨਵੀਆਂ ਬਣੀਆਂ ਉਹਨੇ ਗਲਤੀ ਨਾਲ ਜਿਹੜੀਆਂ ਤਾਜ਼ੀਆਂ ਸੀ ਉਹ ਖਾ ਲਈਆਂ ਤੇ ਜਿਹੜੀਆਂ ਬਾਸੀਆਂ ਸੀ ਉਹ ਪਈਆਂ ਰਹੀਆਂ ਜਦੋਂ ਮੈਂ ਖਾਣਾ ਖਾਣ ਲੱਗਾ ਤਾਂ ਮੈਨੂੰ ਬੜਾ ਗੁੱਸਾ ਚੜਿਆ ਨਾ ਮੈਂ ਉਹ ਤਾਂ ਕਰਾਇਆ ਲੈਂਦਾ ਸੀ ਨਾ ਮੈਂ ਉਸ ਤੋਂ ਕੁਝ ਲੈਂਦਾ ਸੀ ਤੇ ਮੈਂ ਇਹ ਸੋਚਿਆ ਵੀ ਉਹ ਤਾਂ ਤਾਜ਼ੀਆਂ ਖਾ ਰਿਹਾ ਮੈਂ ਉਸ ਨਾਲ ਲੜ ਪਿਆ ਥੋੜੀ देर ਬਾਅਦ ਮੈਨੂੰ ਮਹਿਸੂਸ ਹੋਇਆ ਵਾਹ ਯਾਰ ਉਹਨੂੰ ਕੀ ਪਤਾ ਵੇਟਾਲੀਆਂ ਜਿਹੜੀਆਂ ਹੈਗੀਆਂ ਉਹ ਬਸ ਨੇ ਹੁਣ ਤਾਂ ਤਾਜ਼ੀਆਂ ਸਮਝ ਕੇ ਖਾਲੀਆਂ ਕਹਿਣ ਤੋਂ ਪਾਵੇਗਾ ਕਿ ਜਿਹੜੀ ਗੱਲ ਪਹਿਲੇ ਅਕਲ ਦੇ ਸੀ ਦੂਜੀ ਗਿਆਨ ਦੀ ਹੋ ਗਈ ਮੈਨੂੰ ਮਤਲਬ ਸਮਝ ਆ ਗਿਆ ਵੀ ਇਹਦੇ ਗਲਤੀ ਜਾਣ ਕੇ ਨਹੀਂ ਕੀਤੀ ਹੋਈ ਹੈਗਾ ਸੋ ਇਹ ਬੜਾ ਜ਼ਰੂਰੀ ਹੁੰਦਾ ਹੈ ਗਿਆਨ ਬੰਦੇ ਦੇ ਕੋਲ ਹੋਏਗਾ ਉਸ ਗਿਆਨ ਦੇ ਆਧਾਰ ਤੇ ਹੀ ਉਹਦਾ ਰੋਜ਼ਗਾਰ ਲੱਗੇਗਾ ਉਸ ਗਿਆਨ ਦੇ ਆਧਾਰ ਤੇ ਹੀ ਉਹ ਮਕਾਨ ਬਿਲਡ ਕਰੇਗਾ ਉਸ ਗਿਆਨ ਦੇ ਆਧਾਰ ਤੇ ਹੀ ਉਹਦਾ ਵਿਆਹ ਹੋਏਗਾ ਉਸ ਗਿਆਨ ਦੇ ਆਧਾਰ ਤੇ ਹੀ ਉਹ ਹੋਰਾਂ ਦੇ ਸੰਪਰਕ ਵਿੱਚ ਆਵੇਗਾ ਸੋ ਗਿਆਨ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਮਨੁੱਖ ਨੂੰ ਮਨੁੱਖ ਬਣਾਉਣ ਦਾ ਕੰਮ ਜਿਹੜਾ ਹੈ ਉਹ ਗਿਆਨ ਕਰਦਾ ਹੈ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਗਿਆਨ ਜਿਹੜਾ ਹੈ ਨਾ ਉਹ ਵਧਣਾ ਸ਼ੁਰੂ ਹੋਇਆ ਸ਼ੁਰੂ ਦੇ ਵਿੱਚ ਇੰਜੀਨੀਅਰਿੰਗ ਤਿੰਨ ਕਿਸਮ ਦੀ ਉਸੇ ਸਰੀ ਮਕੈਨੀਕਲ ਇਲੈਕਟ੍ਰੀਕਲ ਤੇ ਸਿਵਲ ਹੁਣ ਇੰਜੀਨੀਅਰਿੰਗ 700 ਕਿਸਮ ਦੀ ਹੈਗੀ ਹਮਤਲਕ ਤੁਸੀਂ ਅੰਦਾਜ਼ਾ ਲਾ ਸਕੋ ਗਿਆਨ ਜਿਹੜਾ ਹੈ ਉਹ ਕਿਤਨਾ ਵੱਧ ਰਿਹਾ ਹੈ ਬਿਲਕੁਲ ਕੰਪਿਊਟਰ ਦੀਆਂ ਕਿੰਨੀਆਂ ਪਸ਼ਾਵਾਂ ਨਵੀਆਂ ਆ ਗਈਆਂ ਹਮ ਹਰੇਕ ਖੇਤਰ ਵਿੱਚ ਤਬਦੀਲੀ ਆ ਰਹੀ ਹੈ ਗਿਆਨ ਵੱਧ ਰਿਹਾ ਹੈ ਸੋ ਜੋ ਕੁਝ ਅੱਜ ਗਿਆਨ ਹੈ ਉਹ 1 ਸਾਲ ਬਾਅਦ ਪੁਰਾਣਾ ਹੋ ਜਾਏਗਾ ਕਿਉਂਕਿ ਨਵਾਂ ਗਿਆਨ ਆ ਰਿਹਾ ਹੈ ਸੋ ਗਿਆਨ ਦਾ ਬੋਲ ਵਾਲਾ ਹੈ ਗਿਆਨ ਦੇ ਬੋਲ ਬਾਲੇ ਦੇ ਵਿੱਚ ਮਨੁੱਖ ਨੂੰ ਜਿਹੜਾ ਸਤਾਰਕ ਰਹੇਗਾ ਮਨੁੱਖ ਨੂੰ ਸੁਚੇਤ ਰਹਿਣਾ ਪਏਗਾ ਉਸ ਨੂੰ ਨਵੇਂ ਗਿਆਨ ਦੀ ਪ੍ਰਾਪਤੀ ਕਰਨੀ ਪਏਗੀ ਸਪੈਸ਼ਲਾਈਜੇਸ਼ਨ ਕਿਸ ਨੂੰ ਕਹਨੇ ਆ ਡਾਕਟਰ ਜਿਹੜਾ ਨਾ ਕੋਈ ਵੀ ਇੱਕ ਡਾਕਟਰ ਸਾਰਾ ਇਲਾਜ ਨਹੀਂ ਕਰ ਸਕਦਾ ਕੋਈ ਅੱਖਾਂ ਦਾ ਡਾਕਟਰ ਹੈ ਕੋਈ ਹੱਡੀਆਂ ਦਾ ਡਾਕਟਰ ਹੈ ਕੋਈ ਨਿਊਰੋਸਾਇੰਸ ਦਾ ਡਾਕਟਰ ਹੈ ਕੋਈ ਕਿਸੇ ਹੋਰ ਚੀਜ਼ ਦਾ ਡਾਕਟਰ ਉਹਨਾਂ ਦੀਆਂ ਵੱਖਰੀਆਂ-ਓਖਰੀਆਂ ਸ਼ਾਖਾਵਾਂ ਹਨ ਇਹ ਇਸ ਲਈ ਹੈ ਤਾਂ ਕਿ ਮਨੁੱਖ ਜਦੋਂ ਵੀ ਬਿਮਾਰ ਪਵੇ ਤਾਂ ਉਸ ਦੇ ਨਾਲ ਉਹਦਾ ਇਲਾਜ ਹੋ ਸਕੇ ਇੱਕ ਲੜਕੇ ਸੀ ਉਹਦਾ ਅੰਗੂਠਾ ਦੁਖਦਾ ਸੀ ਅੰਗੂਠਾ ਸੋਹ ਜਾਂਦਾ ਸੀ ਸੋਹ ਜਾਂਦਾ ਸੀ ਤੇ ਉਹਨੂੰ ਦਰਦ ਹੁੰਦੀ ਸੀ ਬੜਾ ਇਲਾਜ ਕਰਵਾਏ ਕੋਈ ਨਿਊਰੋ ਵਾਲਿਆਂ ਤੋਂ ਉਹੋ ਇਲਾਜ ਕਰਾਉਂਦੇ ਨੇ ਉਹ ਦਵਾਈਆਂ ਦਿੰਦੇ ਰਹੇ ਪਰੰਤੂ ਕੋਈ ਫਰਕ ਨਾ ਪਿਆ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੱਡੀਆਂ ਵਾਲੇ ਡਾਕਟਰ ਨੂੰ ਦਿਖਾਓ ਹਾਂ ਹੱਡੀਆਂ ਵਾਲੇ ਡਾਕਟਰ ਨੂੰ ਦਿਖਾਇਆ ਉਸ ਨੇ ਬਿਮਾਰੀ ਲੱਭ ਲਈ ਉਸ ਨੇ ਆਪਰੇਸ਼ਨ ਕੀਤਾ ਤੇ ਉਸ ਤੋਂ ਬਾਅਦ 16 ਸਾਲ ਬਾਅਦ 16 ਸਾਲ ਪੇਨ ਬਰਦਾਸ਼ਤ ਕਰਨ ਤੋਂ ਬਾਅਦ ਉਸ ਦਾ ਉਹ ਦਰਦ ਜਿਹੜਾ ਸੀ ਉਹ ਖਤਮ ਹੋਇਆ ਕਹਿਣ ਤੋਂ ਪਾਵੇਗਾ ਜਿਸ ਕੋਲ ਗਿਆਨ ਸੀ ਉਸ ਕੋਲ ਜਦੋਂ ਉਹ ਪਹੁੰਚੇ ਤਾਂ ਉਹਨਾਂ ਦੀ ਸਮੱਸਿਆ ਜਿਹੜੀ ਸੀ ਉਹ ਹੱਲ ਹੋਈ ਨਹੀਂ ਤਾਂ ਮਨੁੱਖ ਜਿਹੜਾ ਹੈ ਉਹ ਇਸੇ ਕਰਕੇ ਮਨੁੱਖ ਦੀ ਉਮਰ ਵਧ ਰਹੀ ਹੈ ਹੁਣ ਤੁਹਾਨੂੰ 100-100 ਸਾਲ ਦੇ ਬੰਦੇ ਆਮ ਮਿਲ ਜਾਣਗੇ ਪਹਿਲਾਂ ਕੀ ਹੁੰਦਾ ਸੀਗਾ ਕਿ ਬੰਦੇ ਦਾ ਵਰਤਵ ਵਧ ਜੀਉਣ ਦਾ ਜਿਹੜਾ ਏਮ ਹੁੰਦਾ ਸੀਗਾ ਉਹ 60-70 ਸਾਲ ਹੁੰਦਾ ਸੀਗਾ 1947 ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਔਸਤ ਉਮਰ ਜਿਹੜੀ ਸੀਗੀ ਉਹ 33 ਸਾਲ ਸੀ ਤੇ ਹੁਣ 70 ਨਾਲੋਂ ਵੱਧ ਹੈ ਹਰ ਬੰਦਾ ਜਿਹੜਾ ਬੰਦਾ ਸਿਆਣਪ ਨਾਲ ਚੱਲੇਗਾ ਗਿਆਨ ਨਾਲ ਚੱਲੇਗਾ ਉਹ 100 ਨਾਲੋਂ ਮਹੀ ਹੋ ਕੇ ਜਾਏਗਾ ਕਿਉਂਕਿ ਉਹ ਜੀ ਡਿਸਪਲਿਨ ਹੋਏਗਾ ਗਿਆਨ ਦੇ ਵਿੱਚ ਡਿਸਪਲਿਨ ਹੈ ਡਿਸਪਲਿਨ ਦੇ ਨਾਲ ਮਨੁੱਖ ਵਿਕਾਸ ਕਰਦਾ ਹੈ ਡਿਸਪਲਿਨ ਦਾ ਕੀ 파ਵ ਹੈ ਤੁਹਾਡੇ ਕੋਲ ਇਤਨੇ ਪੈਸੇ ਹਨ ਤੁਸੀਂ ਉਹਨਾਂ ਪੈਸਿਆਂ ਨੂੰ ਕਿਵੇਂ ਵਰਤਣਾ ਉਹ ਨਾਲ ਕੀ ਕੀ ਕੀਤਾ ਜਾ ਸਕਦਾ ਹੈ ਉਹ ਨਾਲ ਕੀ ਕੀ ਕਰਨਾ ਸੰਭਵ ਹੈ ਉਤ ਸਿਰ ਡਿਸਪਲਨ ਕਰਕੇ ਵਿਉਂਤਬੰਦੀ ਕਰਕੇ ਯੋਜਨਾਬੰਦੀ ਕਰਕੇ ਪਲੈਨਿੰਗ ਕਰਕੇ ਉਸ ਨੂੰ ਹੱਲ ਕਰ ਸਕਦੇ ਆ ਆਪਣੀਆਂ ਸਮੱਸਿਆਵਾਂ ਹੱਲ ਕਰੋਗੇ ਤਾਂ ਗਿਆਨ ਦੀ ਲੋੜ ਪਏਗੀ ਅਸੀਂ ਗਿਆਨ ਦੇ ਕਾਰਨ ਕਦੀ ਨਕਸ਼ਾ ਨਵੀਸ ਕੋਲ ਜਾਂਦੇ ਆ ਕਦੀ ਠੇਕੇਦਾਰ ਕੋਲ ਜਾਂਦੇ ਆ ਕਦੀ ਕਿਸੇ ਹੋਰ ਕੋਲ ਜਾਂਦੇ ਆ ਇਲੈਕਟ੍ਰੀਸ਼ੀਅਨ ਕੋਲ ਜਾਂਦੇ ਆ ਕਿਉਂਕਿ ਉਹਨਾਂ ਦੇ ਕੋਲ ਆਪਣੇ profession ਦਾ ਗਿਆਨ ਹੈ ਸੋ ਗਿਆਨ ਦਾ ਮਹੱਤਵ ਸਮਝਣ ਦੀ ਲੋੜ ਹੈਗੀ ਗਿਆਨ ਸਾਨੂੰ ਸਕੂਲਾਂ ਕਾਲਜਾਂ ਤੋਂ ਮਿਲਦਾ ਹੈ ਯੂਨੀਵਰਸਿਟੀਆਂ ਤੋਂ ਮਿਲਦਾ ਹੈ ਸਪੈਸ਼ਲਾਈਜ਼ਡ ਨੋਲਜ ਵਿੱਚੋਂ ਮਿਲਦਾ ਹੈ ਉਹਦੇ ਵਿੱਚ ਸਸਟੇਨਡ ਜਿਹੜਾ ਨਾ ਲੰਮਾ ਅਰਸਾ ਕਾਰਜ ਕਰਨਾ ਪੈਂਦਾ ਹੈ ਡਾਕਟਰ ਜਿਹੜਾ ਹੈ 5 ਸਾਲ ਪੜ੍ਹਦਾ ਹੈ ਉਸ ਤੋਂ ਬਾਅਦ ਉਹ ਕਾਰਗਰ ਪੇਂਟਰ ਜਿਹੜਾ ਹੈ 50 ਸਾਲ ਪੇਂਟਿੰਗ ਕਰਦਾ ਇੱਕ ਇਸਤਰੀ ਨੇ ਆਪਣੇ ਮਰگە ਪਤੀ ਦੀ ਪੇਂਟਿੰਗ ਬਣਵਾਣੀ ਸੀ ਤਾਂਕਿ ਉਹ ਆਪਣੇ ਘਰ ਦੇ ਵਿੱਚ ਲਾ ਸਕੇ ਉਸਨੇ ਇੱਕ ਪੇਂਟਰ ਨੂੰ ਕਿਹਾ ਵੀ ਇਹ ਫੋਟੋ ਹੈ ਇਹਦੀ ਪੇਂਟਿੰਗ ਬਣਾਉਣੀ ਹੈ ਉਹਨੇ ਕਿਹਾ ਠੀਕ ਹੈ ਬਣਾ ਦੇਵਾਂਗਾ ਤੇ ਉਸਨੇ ਜਿਹੜੀ ਕੀਮਤ ਦੱਸੀ 10000 ਡਾਲਰ ਉਹਨੇ ਮੰਗੇ ਤੇ ਔਰਤ ਨੇ ਉਸ ਵੇਲੇ ਤੱਕ ਐ ਕਿ ਠੀਕ ਹੈ ਮੈਂ ਦੇ ਦੇਵਾਂਗੇ ਤੇ ਜਦੋਂ ਪੇਂਟਿੰਗ ਬਣ ਗਈ ਤਾਂ ਉਹ ਪੈਸੇ ਦੇਣ ਵੇਲੇ ਆਨਾ ਖਾਨੀ ਕਰਨ ਲੱਗ ਪਈ ਵੀ ਸਾਰਾ ਇੱਕ ਮਹੀਨਾ ਲੱਗਿਆ ਤੁਹਾਨੂੰ 10000 ਡਾਲਰ ਬਹੁਤ ਜ਼ਿਆਦੇ ਹੈਗੇ ਆ ਉਸ ਪੇਂਟਰ ਨੇ ਕਿਹਾ ਬੀਬੇ ਮੈਨੂੰ ਇੱਕ ਮਹੀਨਾ ਨੇ ਲੱਗਿਆ ਮੈਨੂੰ 50 ਸਾਲ ਇੱਕ ਮਹੀਨਾ ਲੱਗਿਆ ਮੇਰੇ ਇੱਕ ਮਹੀਨੇ ਦੇ ਪਿੱਛੇ 50 ਸਾਲ ਦੀ ਟ੍ਰੇਨਿੰਗ ਹੈਗੀ ਸੋ ਮਾਹਿਰ ਕਿਸ ਨੂੰ ਕਹਿੰਦੇ ਹਨ ਜਿਸ ਕੋਲ ਗਿਆਨ ਹੋਏਗਾ ਉਹ ਮਾਹਿਰ ਇੱਕ ਬੰਦਾ ਸੀ ਉਹਦੀ ਕਾਰ ਖਰਾਬ ਸੀਗੀ ਖਰਾਬ ਹੋ ਗਈ ਵਰਕਸ਼ਾਪ ਦੇ ਵਿੱਚ ਗਿਆ ਤੇ ਜਿਹੜਾ ਮਾਹਿਰ ਐਕਸਪਰਟ ਸੀ ਉਸਨੇ ਉਹਨੂੰ ਕਿਹਾ ਕਾਰ ਚਲਾਓ ਸਟਾਰਟ ਕਰੋ ਉਹਨੇ ਸਟਾਰਟ ਕੀਤੀ ਉਸਨੇ ਇੰਜਨ ਦੀ ਆਵਾਜ਼ ਸੁਣੀ ਇਹ ਕਹਿੰਦਾ ਬੰਦ ਕਰੋ ਬੰਦ ਕੀਤਾ ਫੇਰ ਸਟਾਰਟ ਕਰੋ ਉਹਨੇ ਸਟਾਰਟ ਕੀਤੀ ਉਹਨੇ ਫੇਰ ਉਹ ਦੁਬਾਰਾ ਆਵਾਜ਼ ਜਿਹੜੀ ਸੀ ਸੁਣੀ ਉਸਨੇ ਕਿਹਾ ਵੀ ਇਹਦੇ ਵਿੱਚ ਨਾ ਇੰਜਨ ਦੇ ਵਿੱਚ ਇੱਕ ਸਪ੍ਰਿੰਗ ਹੈ ਉਹ ਸਪ੍ਰਿੰਗ ਜਿਹੜਾ ਲੂਸ ਹੋ ਗਿਆ ਉਹ ਬਦਲਣਾ ਪਏਗਾ ਤੇ ਉਹ ਮਾਲਕ ਨੇ ਪੁੱਛਿਆ ਵੀ ਕਿੰਨੇ ਪੈਸੇ ਲੱਗਣਗੇ ਕਹਿੰਦਾ 1000 ਡਾਲਰ ਲੱਗੇਗਾ ਕਹਿੰਦਾ ਇੱਕ ਸਪ੍ਰਿੰਗ 1000 ਡਾਲਰ ਦਾ ਕਹਿੰਦਾ ਨਹੀਂ ਸਪ੍ਰਿੰਗ ਤਾਂ 50 ਡਾਲਰ ਦਾ ਹੀ ਹੈ ਤਜਰਬਾ 950 ਡਾਲਰ ਬਾਕੀ ਪੈਸੇ ਜਿਹੜੇ ਆ ਇਹ ਜਾਣਨਦੇ ਆ ਕਿ ਕਿਹੜਾ ਸਪਰਿੰਗ ਹੈ ਕਹਿੰਦਾ ਜੇ ਤੁਸੀਂ ਕਿਸੇ ਆਮ ਮਕੈਨਿਕ ਕੋਲ ਜਾਓਗੇ ਉਹ ਸਾਰਾ ਇੰਜਨ ਖੋਲ ਦੇਗਾ ਉਹ ਤੁਹਾਡੇ ਤੋਂ 3-4000 ਰੁਪਏ ਦਾ ਖਰਚਾ ਲੈ ਲੇਗਾ ਮੈਂ ਤਾਂ ਤੁਹਾਨੂੰ ਆਪਣੀ ਐਕਸਪਰਟੀਸ ਜਿਹੜੀ ਹੈ ਮੈਂ ਐਕਸਪਰਟ ਆਂ ਇਸ ਲਈਦਾ ਉਹਦੇ ਹਿਸਾਬ ਨਾਲ ਮੈਂ ਜਿਹੜਾ ਦੱਸ ਰਿਹਾ ਐਕਸਪਰਟ ਜੋ ਕੁਝ ਵੀ ਕਰੇਗਾ ਉਹਦੀ ਕੀਮਤ ਜ਼ਿਆਦਾ ਹੋਏਗੀ ਹੂੰ ਕਈ ਵਾਰੀ ਤੁਸੀਂ ਵੇਖੋਗੇ ਕਿ ਅਸੀਂ ਕੋਈ ਨੀਲਾ ਰੰਗ ਸਾਨੂੰ ਪਸੰਦ ਹੁੰਦਾ ਹਾਂ ਉਹ ਨੀਲਾ ਰੰਗ ਜਿਹੜਾ ਨਾ ਆਮ ਨਹੀਂ ਹੈ ਉਹ ਰੇਮੰਡ ਵਾਲਿਆਂ ਕੋਈ ਮਿਲਦਾ ਹੈ ਰੇਮੰਡ ਵਾਲਿਆਂ ਨੇ ਜਿਹੜੇ ਬੰਦੇ ਰੱਖੇ ਹੋਏ ਨੇ ਨਾ ਰੰਗਣ ਵਾਲੇ ਉਹ ਬੜੇ ਮਾਹਿਰ ਰੱਖੇ ਹੋਏ ਆ ਉਹ ਨੀਲਾ ਰੰਗ ਉਹ ਰੰਗਦੇ ਆ ਜਿਹੜਾ ਲੋਕਾਂ ਨੂੰ ਪਸੰਦ ਆਉਂਦਾ ਨਹੀਂ ਤਾਂ ਦੂਜਾ ਜਿਹੜਾ ਨਾ ਉਹ ਤਾਂ ਨੀਲ ਵਰਗਾ ਨੀਲਾ ਰੰਗ ਹੁੰਦਾ ਹੈਗਾ ਉਹ ਨਹੀਂ ਪਸੰਦ ਆਉਂਦਾ ਤੀਜੀ ਚੀਜ਼ ਹੁੰਦੀ ਹੈ ਸਿਆਣਪ ਸਿਆਣਪ ਕੀ ਹੈ ਆਪ ਦੇਖ ਚੀਜ਼ਾਂ ਦੇ ਵਿੱਚ ਚੀਜ਼ਾਂ ਦੇ ਵਿੱਚ ਸਬੰਧ ਹੁੰਦਾ ਨਹੀਂ ਪਰੰਤੂ ਸਬੰਧ ਵੇਖ ਲੈਣਾ ਜਿਹੜਾ ਹੈ ਉਸ ਨੂੰ ਸਿਆਣਪ ਕਹਿੰਦੇ ਹਨ ਹਮ ਨਿਊਟਨ ਨੇ ਵੇਖਿਆ ਇੱਕ ਸੇਬ ਡਿੱਗਿਆ ਉਸ ਸੇਬ ਦੇ ਡਿੱਗਣ ਵਿੱਚੋਂ ਉਸ ਨੇ ਗ੍ਰੈਵਿਟੀ ਦਾ ਸਿਧਾਂਤ ਲੱਭ ਲਿਆ ਉਹ ਗ੍ਰੈਵਿਟੀ ਦਾ ਸਿਧਾਂਤ ਹਰ ਚੀਜ਼ ਤੇ ਲਾਗੂ ਹੁੰਦਾ ਹੈਗਾ ਸੋ ਦੁਨੀਆ ਦੇ ਵਿੱਚ ਇਸ ਵੇਲੇ ਤਕਰੀਬਨ 20000 ਸਿਆਣੇ ਬੰਦੇ ਹੋਏ ਹਨ ਜਿਨ੍ਹਾਂ ਦੇ ਗਿਆਨ ਨਾਲ ਮਨੁੱਖ ਜਿਹੜਾ ਹੈ ਇਹਨੇ ਆਰਾਮਦਾਇਕ ਜ਼ਿੰਦਗੀ ਜੀ ਰਿਹਾ ਹੈ ਸਿਆਣਪ ਕੀ ਹੁੰਦੀ ਹੈ ਇਹ ਪੈਗੰਬਰਾਂ ਦੇ ਕੋਲ ਹੁੰਦੀ ਹੈ ਇਲਹਾਮੀ ਹੁੰਦੀ ਹੈ ਇਹ ਇੰਟੂਸ਼ਨ ਹੁੰਦੀ ਹੈ ਆਪੇ ਸੁੱਝ ਜਾਂਦੀ ਹੈ ਇਹਦੇ ਵਿੱਚ ਜਿਹਨੂੰ ਕਹਿੰਦੇ ਨਾ ਸਾਨੂੰ ਅਚਾਨਕ ਹੀ ਜਿਹੜਾ ਉਹਦਾ ਚਾਨਣਾ ਪਤਾ ਲੱਗ ਜਾਂਦਾ ਉਹਦਾ ਪਤਾ ਲੱਗ ਜਾਂਦਾ ਹੈਗਾ ਉਸ ਨਾਲ ਉਹ ਠੀਕ ਹੋ ਜਾਂਦੇ ਹੈਗੇ ਸੋ ਕਈ ਵਾਰੀ ਮਾਵਾਂ ਦੇ ਟੁੱਟ ਕੇ ਹੁੰਦੇ ਆ ਉਹਨਾਂ ਦੀ ਕਹੀ ਹੋਈ ਗੱਲ ਜਿਹੜੀ ਹੁੰਦੀ ਆ ਉਹ ਸਾਡੇ ਕੰਮ ਆਉਂਦੀ ਆ ਸੋ ਉਸ ਦੇ ਵਿੱਚ ਸਿਆਣਪ ਹੈ ਸਿਆਣਪ ਬੜੀ ਰੇਅਰ ਹੈ ਹੂੰ ਸਿਆਣਾ ਤੁਹਾਨੂੰ ਕੋਈ ਕੋਈ ਮਿਲੇਗਾ ਗਿਆਨवान ਬੜੇ ਮਿਲ ਜਾਣਗੇ ਗਿਆਨ ਜਿਹੜਾ ਹੈ ਨਾ ਉਹ ਵਿਸ਼ਲੇਸ਼ਣ ਕਰਦਾ ਨਖੇੜਦਾ ਸਿਆਣਪ ਜਿਹੜੀ ਉਹ ਜੋੜਦੀ ਹੈ ਜੋੜਦੀ ਹੈ ਸੋ ਤੁਹਾਡੇ ਕੋਲ ਤਿੰਨੋਂ ਹੋਣੇ ਚਾਹੀਦੇ ਹਨ ਅਕਲ ਵੀ ਹੋਣੀ ਚਾਹੀਦੀ ਹੈ ਗਿਆਨ ਵੀ ਹੋਣਾ ਚਾਹੀਦਾ ਹੈ ਅਕਲ ਤੋਂ ਬਿਨਾ ਨਾ ਗਿਆਨ ਹੁੰਦਾ ਨਾ ਸਿਆਣਪ ਹੁੰਦੀ ਹੈ ਸਿਆਣਪ ਜਿਹੜੀ ਹੈ ਡੂੰਘੇ ਗਿਆਨ ਨੂੰ ਮਤਲਬ ਅਨਪਾਵ ਕੀਤੇ ਹੋਏ ਗਿਆਨ ਨੂੰ ਸਿਆਣਪ ਕਹਿੰਦੇ ਹਨ ਸੋ ਸਿਆਣੇ ਬੰਦੇ ਨਾਲ ਬਹਿਸ ਨਹੀਂ ਕਰਨੀ ਉਸ ਨੂੰ ਸੁਣਨਾ ਹੈ ਬਿਲਕੁਲ ਉਸ ਨਾਲ ਐਗਰੀ ਕਰਨਾ ਉਸ ਨਾਲ ਸਹਿਮਤ ਹੋਣਾ ਹੈ ਐਸੇ ਕਰਕੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਬੱਚੇ ਨੂੰ ਅਸੀਂ ਕਿਸੇ ਵੱਡੇ ਬਜ਼ੁਰਗ ਕੋਲ ਲੈ ਕੇ ਜਾਂਦੇ ਆ ਤੇ ਉਸ ਨੂੰ ਕਹਿੰਦੇ ਨੇ ਅਨੂੰ ਅਸ਼ੀਰਵਾਦ ਦਿਓ ਸਿਰ ਪਲੋਸਣਾ ਜਿਹੜਾ ਨਾ ਉਹ ਅਸ਼ੀਰਵਾਦ ਹੈ ਬਿਲਕੁਲ ਸਿਰ ਅਸੀਂ ਉਸ ਤੋਂ ਪਲੋਸਣਾ ਪਸੰਦ ਕਰਦੇ ਹਾਂ ਜਿਹੜਾ ਸਿਆਣਾ ਹੋ ਸੋ ਸਿਆਣੇ ਬੰਦੇ ਦੇ ਸੰਪਰਕ ਵਿੱਚ ਜਾਓ ਧੰਨਵਾਦ ਅੱਪਾ ਵੈਸੇ ਵੀ ਆਪਣੇ ਪਰਿਵਾਰਾਂ 'ਚ ਆਪਾਂ ਨੂੰ ਇਹੀ ਕਿਹਾ ਜਾਂਦਾ ਕਿ ਬਜ਼ੁਰਗਾਂ ਕੋਲ ਬੈਠਣਾ ਚਾਹੀਦਾ ਉਹਨਾਂ ਕੋਲੇ ਬਹੁਤ ਅਕਲ ਤੇ ਪੂਰੀ ਉਮਰ ਦਾ ਜਿਹੜਾ ਤਜਰਬਾ ਹੁੰਦਾ ਤੇ ਕਿਤਾਬਾਂ ਵੀ ਸਾਨੂੰ ਗਿਆਨ ਦਿੰਦੀਆਂ ਨੇ ਆਪਣੀ ਅਕਲ ਨਾਲ ਤੁਸੀਂ ਬਹੁਤ ਸਾਰਾ ਸਾਹਿਤ ਜਿਹੜਾ ਪੜ੍ਹ ਸਕਦੇ ਹੋ ਬਹੁਤ ਦੁਨੀਆ ਭਰ 'ਚ ਇਹੋ ਜਿਹੀਆਂ ਕਿਤਾਬਾਂ ਨੇ ਜਿਹੜੀਆਂ ਤੁਹਾਨੂੰ ਹਰ ਸ਼ੈ ਦਾ ਜਿਹੜਾ ਗਿਆਨ ਦੇ ਸਕਦੀਆਂ ਨੇ ਪਰ ਉਸ ਗਿਆਨ ਨੂੰ ਵਰਤਣਾ ਜਿਹੜਾ ਹਮੇਸ਼ਾ ਸਿਆਣਪ ਨਾਲ ਚਾਹੀਦਾ ਕਈ ਵਾਰੀ ਵਿਸ਼ੇ ਕੋਈ ਹੋਰ ਹੁੰਦੇ ਨੇ ਗੱਲਾਂ ਬਾਤਾਂ ਹੋਰ ਚੱਲ ਰਹੀਆਂ ਹੁੰਦੀਆਂ ਨੇ ਤੇ ਸਾਨੂੰ ਲੱਗਦਾ ਹੁੰਦਾ ਕਿ ਬੰਦਾ ਆਪਣਾ ਗਿਆਨ ਆ ਜਿਹੜਾ ਜਿੰਨਾ ਇਹਨੇ ਪੜਿਆ ਉਹ ਸਾਡੇ ਉੱਤੇ ਸਿਰਫ ਉਲੱਠ ਰਿਹਾ ਏ ਉਹਦਾ ਹੋਰ ਕੋਈ ਮਤਲਬ ਨਹੀਂ ਬਣਦਾ ਹਨ ਤੇ ਗਿਆਨ ਨੂੰ ਵੀ ਸਿਆਣਪ ਨਾਲ ਹੀ ਦੂਜਿਆਂ ਤੱਕ ਪਹੁੰਚਾਉਣਾ ਚਾਹੀਦਾ ਜਾਂ ਉਹਨੂੰ ਵਰਤਣਾ ਚਾਹੀਦਾ ਜੇ ਤੁਹਾਡੇ ਕੋਲ ਇਹ ਤਿੰਨੋਂ ਸ਼ੈਆ ਨੇ ਤਾਂ ਤੁਸੀਂ ਜ਼ਿੰਦਗੀ 'ਚ ਕਾਮਯਾਬ ਵੀ ਹੋ ਸਕਦੇ ਹੋ ਜ਼ਿੰਦਗੀ 'ਚ ਇਹੋ ਜਿਹੀ ਕੋਈ ਸ਼ੈ ਨਹੀਂ ਜਿਹੜੀ ਤੁਹਾਡੀ ਜਿਹੜੀ ਪਹੁੰਚ ਤੋਂ ਦੂਰ ਹੋਵੇ ਤੇ ਬਾਕੀ ਆਪਾਂ ਕੋਸ਼ਿਸ਼ਾਂ ਕੀਤੀਆਂ ਨੇ ਕਿ ਸਾਰੇ ਵਿਸ਼ੇ ਤਕਰੀਬਨ ਆਪਾਂ ਸਰ ਨਾਲ ਡਿਸਕਸ ਕੀਤੇ ਨੇ ਗੱਲਾਂ ਬਾਤਾਂ ਕੀਤੀਆਂ ਨੇ ਪਰ ਫਿਰ ਵੀ ਜਿਵੇਂ ਉਹਨਾਂ ਨੇ ਕਿਹਾ ਕਿ ਵੱਡਿਆਂ ਨੂੰ ਹਮੇਸ਼ਾ ਸੁਣਨਾ ਚਾਹੀਦਾ ਜਿਨ੍ਹਾਂ ਨੇ ਇੰਨਾ ਕੁਝ ਲਿਖਿਆ ਇੰਨਾ ਕੁਝ ਪੜ੍ਹਿਆ ਉਹਨਾਂ ਦੀਆਂ ਗੱਲਾਂ 'ਚ ਕਦੇ ਨਾ ਕਦੇ ਐਵੇਂ ਨਹੀਂ ਹੋਊਗਾ ਕਿ ਤੁਹਾਨੂੰ ਕੁਝ ਨਾ ਮਿਲੇ ਤੁਸੀਂ ਜਿੰਨੀ ਵਾਰ ਵੀ ਉਹਨਾਂ ਕੋਲ ਬੈਠਦੇ ਹੋ ਕੁਝ ਨਾ ਕੁਝ ਜ਼ਰੂਰ ਸਿੱਖ ਕੇ ਜਾਂਦੇ ਹੋ ਸਾਡਾ ਇਹ رابطہ ਜਿਹੜਾ ਉਹਨਾਂ ਨਾਲ ਹਮੇਸ਼ਾ ਬਣਿਆ ਰਹੂਗਾ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਜਾਦਾ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਨੂੰ ਵੱਧ ਤੋਂ ਵੱਧ ਸੁਣਨ ਕਿ ਅਸੀਂ ਹਮੇਸ਼ਾ ਉਹਨਾਂ ਨਾਲ ਰਾਫਤੇ ਚ ਰਹੀਏ ਅਗਲੀ ਵਾਰ ਆਪਾਂ ਫਿਰ ਤੋਂ ਕਿਸੇ ਹੋਰ ਸ਼ਖਸੀਅਤ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ